ਉਦਾ ਇਹਦਾ ਐਕਚੁਅਲ ਪ੍ਰਾਈਸ 1 ਲੱਖ ਰੁਪਏ ਆ 1 ਲੱਖ ਰੁਪਏ ਦਾ ਠੀਕ ਆ ਜੀ ਇਹ ਤੁਹਾਨੂੰ 15000 ਰੁਪਏ ਰੈਂਟ ਲੱਗ ਜੇ ਪ੍ਰਾਈਸ ਇਹਦੀ 75000 75000 ਇਹਦੀ ਪ੍ਰਾਈਸ ਹੋਊਗੀ ਠੀਕ ਆ ਜੀ ਮਤਲਬ ਕਿ 40 ਤੋਂ 45000 ਦੀ ਰੇਂਜ ਸਟਾਰਟਿੰਗ ਹੁੰਦੇ ਇਹ ਚੀਜ਼ਾਂ ਸਟਾਰਟਿੰਗ ਹੀ 40 ਤੋਂ 45000 ਹਾਂ ਜੀ ਵਧੀਆ ਜੀ ਹੁੰਦੀ ਇਹ ਜਿੱਥੇ ਜਾਓਗੇ ਕਿਸੇ ਸ਼ੋਪ ਤੇ ਜਾਓਗੇ ਉਹ 4000 4500 ਮੰਗੇਗਾ 4000 4500 ਠੀਕ ਆ ਜੀ ਇਹ ਸਾਡੇ ਕੋਲ ਮਿਲ ਜਾਏਗਾ ਸਿਰਫ 1500 ਚ ਇਹ ਮਾਰਕੀਟ ਤੁਹਾਨੂੰ ਇਹ 7000 8000 ਇਹਦਾ ਮਿਲੂਗੇ ਠੀਕ ਆ ਜੀ ਸਾਡੇ ਕੋਲ ਸਿਰਫ 2500 ਰੁਪਏ ਸਿਰਫ 2500 ਰੁਪਏ ਹਾਂ ਜੀ ਦੁਨੀਆ ਭਰ ਦੇ ਡਿਜ਼ਾਈਨ ਅੱਛਾ ਦੁਨੀਆ ਭਰ ਦੇ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਆ ਠੀਕ ਆ ਜੀ ਦੁਨੀਆ ਭਰ ਦੇ ਕੋਈ ਵੀ ਡਿਜ਼ਾਈਨ ਤੁਸੀਂ ਨੈਟ ਤੋਂ ਕੋਈ ਡਿਜ਼ਾਈਨ ਕੱਢ ਕੇ ਲਿਆਓ ਸਾਡੇ ਕੋਲ ਬਣਵਾ ਲਓ ਅੱਜ ਤੁਸੀਂ ਬਣਾ ਕੇ ਵੀ ਦੇ ਸਕਦੇ ਹਾਂ ਹਾਂ ਜੀ ਸਾਡੀ ਮੈਨੂਫੈਕਚਰਿੰਗ ਹੈ ਜੀ ਹਾਂਜੀ ਦੋਸਤੋ ਇਹ ਵੀਡੀਓ ਹੋਣ ਜਾ ਰਹੀ ਹੈ ਖਾਸ ਕੁੜੀਆਂ ਦੇ ਲਈ ਕੁੜੀਆਂ ਦੇ ਲਈ ਜਾਂ ਫਿਰ ਕਹਿ ਸਕਦੇ ਆ ਸਾਡੇ ਕਪਲਸ ਦੇ ਲਈ ਜੋ ਇਸ ਸੀਜ਼ਨ ਵਿਆਹ ਕਰਾਉਣ ਦੀ ਸੋਚ ਰਹੇ ਨੇ ਕਿਉਂਕਿ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਨਰੂਲਾ ਲਹਿੰਗਾ ਹਾਊਸ ਹੁਸ਼ਿਆਰਪੁਰ ਇਹ ਮਾਰਕੀਟ ਪੀਰ ਮੱਦੀ ਸ਼ਾਹ ਹੈ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਚੂੜੇ ਦੀ ਬਹੁਤ ਸਾਰੀ ਵੈਰਾਈਟੀ ਇਸ ਦੇ ਨਾਲ ਨਾਲ ਕੁੜੀਆਂ ਦੇ ਲਹਿੰਗੇ ਔਰ ਮੁੰਡਿਆਂ ਦੀਆਂ ਸ਼ੇਰਵਾਨੀਆਂ ਤੇ ਅੱਜ ਦੋਸਤੋ ਇਸ ਦੇ ਨਾਲ ਹੀ ਵੀਡੀਓ ਸ਼ੁਰੂ ਕਰਦੇ ਹਾਂ ਮੇਰਾ ਨਾਮ ਹੈ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਆਈ ਐਮ ਹੀਰੋ ਤੇ ਚਲੋ ਕਰਦੇ ਹਾਂ ਬਿਸਮਿਲਲਾ ਇੱਕ ਦੇਖੋ ਜਿੰਨੇ ਵੀ ਤੁਹਾਨੂੰ ਡਿਜ਼ਾਈਨ ਦਿਖਾਏ ਆ ਹਾਂਜੀ ਹਰੇਕ ਦੇ ਵਿੱਚ ਮੇਰੇ ਕੋਲ 15 ਕਲਰ ਹੈਗੇ ਆ ਹਰ ਇੱਕ ਦੇ ਵਿੱਚ 15 ਕਲਰ 15 ਕਲਰ ਹੈਗੇ ਠੀਕ ਹੈ ਅੱਛਾ ਉਹ ਵੀ ਤੁਸੀਂ ਜੇ ਨਾ ਹੋਵੇ ਤਾਂ ਅਸੀਂ ਬਣਾ ਕੇ ਦੇ ਸਕਦੇ ਹਾਂ ਹਾਂਜੀ ਬਣਾ ਬਿਲਕੁਲ ਜੀ ਇਸ ਲਹਿੰਗੇ ਦੀ ਪ੍ਰਾਈਸ ਕੀ ਹੋਊਗੀ ਇਹ 2.5 ਲੱਖ ਦੇ ਕਰੀਬ 2.5 ਲੱਖ ਦੇ ਕਰੀਬ ਹੈਗੀ ਆ ਠੀਕ ਹੈ ਜੀ ਸਾਡੇ ਕੋਲ ਰੇਂਜ ਜਿਹੜੀ ਜਿੱਦਾਂ ਤੁਸੀਂ ਦੇਖੀ ਆ 5000 ਬਿਲਕੁਲ ਜੀ 5000 ਤੋਂ ਲੈ ਕੇ ਸਾਡੇ ਕੋਲ ਲੱਖਾਂ ਚ ਤੱਕ ਜਾਂਦੀ ਆ 1 ਲੱਖ ਤੋਂ ਉੱਪਰ ਜਾ ਸਕਦੇ ਲੱਖ ਤੋਂ ਉੱਪਰ ਚਲੇ ਲੱਖ ਤੋਂ ਉੱਪਰ ਜਾ ਸਕਦੇ ਹਾਂਜੀ ਜੀ ਹਾਂਜੀ ਦੀਪਕ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਅੱਜ ਆਪਾਂ ਵੀਰ ਸਾਡੇ ਨੂੰ ਕੀ ਦਿਖਾਵਾਂਗੇ ਭਾਜੀ ਪਹਿਲਾਂ ਅਸੀਂ ਬ੍ਰੈਡਲ ਚੂੜਾ ਦਿਖਾਉਂਗੇ ਠੀਕ ਹੈ ਜੀ ਚੂੜੇ ਵਿੱਚ ਭਾਜੀ ਆਪਾਂ ਪਹਿਲਾਂ ਕੀ ਦਿਖਾਵਾਂਗੇ ਅਸੀਂ ਆ ਦੇਖੋ ਮਿਰਰ ਵਰਕ ਹੈਗਾ ਚੂੜਾ ਹਾਂਜੀ ਇਹ ਤੁਹਾਨੂੰ ਪਹਿਲੀ ਗੱਲ ਜਲਦੀ ਕਿਤੇ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ ਹਾਂਜੀ ਜੇ ਮਿਲੇਗਾ ਤਾਂ ਬਹੁਤ ਜ਼ਿਆਦਾ ਰੇਟ ਮਿਲੇਗਾ ਤੁਹਾਨੂੰ ਇਹ ਮਾਰਕੀਟ ਤੁਹਾਨੂੰ 2500 3000 ਦੇ ਰੇਟ 'ਚ ਮਿਲੇਗਾ ਠੀਕ ਹੈ ਜੀ ਮਾਰਕੀਟ ਦੇ ਵਿੱਚ ਤੇ ਨਰੂਲਾ ਲਹਿੰਗਾ ਹਾਊਸ ਦੇ ਵਿੱਚ ਤੁਹਾਨੂੰ ਇਸ ਦਾ ਕੀ ਰੇਟ ਮਿਲੂਗਾ ਇਹ ਸਾਡੇ ਕੋਲ ਸਿਰਫ 1000 ਰੁਪਏ 'ਚ ਮਿਲੇਗਾ ਸਿਰਫ 1000 ਰੁਪਏ ਸਿਰਫ 1000 ਰੁਪਏ ਇਹ ਗਰੰਟੀ ਨਾਲ ਕਹਿ ਰਹੇ ਹੋ ਗਰੰਟੀ ਨਾਲ ਠੀਕ ਹੈ ਜੀ ਇਹ ਤੁਹਾਨੂੰ ਪੂਰੇ ਪੰਜਾਬ 'ਚ ਰੇਟ ਨਹੀਂ ਮਿਲੇਗਾ ਜਿਹੜੇ ਸਾਡੇ ਦੁਕਾਨ ਦੇ ਰੇਟ ਮਿਲੂਗੇ ਠੀਕ ਹੈ ਜੀ ਇਸ ਚੀਜ਼ ਦੀ ਗਰੰਟੀ ਹੋਏਗੀ ਕਿਤੇ ਰੇਟ ਤੁਹਾਨੂੰ ਰੇਟ ਨਹੀਂ ਮਿਲੇਗਾ ਹਾਂ ਜੀ ਤੇ ਭਾਜੀ ਇੱਕ ਵਾਰੀ ਚੱਕ ਕੇ ਵੀ ਚੂੜਾ ਦਿਖਾ ਦਿਓ ਸਾਡੇ ਵੀਰਸ ਨੂੰ ਕਹਿ ਦੂੰਗਾ ਕਿ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਸਕਰੀਨ ਦੇ ਉੱਪਰ ਨੰਬਰ ਆਣੇ ਤੁਸੀਂ ਭਾਜੀ ਨੂੰ WhatsApp ਕਰਕੇ ਤੇ ਇਸ ਚੂੜੇ ਦਾ ਆਰਡਰ ਵੀ ਦੇ ਸਕਦੇ ਹੋ ਤੁਸੀਂ ਹਾਂ ਜੀ ਯਾਰ ਹਾਂ ਜੀ ਹਾਂ ਜੀ ਇਸ ਵਿੱਚ ਕੁੰਦਨ ਵਰਕ ਵਿੱਚ ਵੀ ਹੈ ਹਾਂਜੀ ਇਹ ਚ ਕਲਰ ਵੀ ਮਿਲ ਜੂਗਾ ਤੁਹਾਨੂੰ ਆਰਖ ਮਿਰਰ ਵਰਕ ਵੀ ਹੈ ਚ ਠੀਕ ਹੈ ਜੀ ਹਾਂਜੀ ਇਹ ਭਾਜੀ ਕੀ ਪ੍ਰਾਈਸ ਹੋਊਗੀ ਇਹਦੀ ਇਹ ਵੀ ਤੁਹਾਨੂੰ 1000 ਰੁਪਏ ਚ ਮਿਲੇਗਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਭਾਜੀ ਹੋਰ ਕਿਹੜੀ ਕਿਹੜੀ ਚੀਜ਼ ਦਿਖਾਉਣ ਜਾ ਰਹੇ ਹੋ ਹੋਰ ਇਸ ਵਿੱਚ ਤੁਹਾਨੂੰ ਮਿਲ ਜਾਏਗਾ ਏੜੀ ਵਿੱਚ ਠੀਕ ਹੈ ਜੀ ਏੜੀ ਲੜਕੀਆਂ ਬਹੁਤ ਲਾਈਕ ਕਰਦੀਆਂ ਠੀਕ ਹੈ ਜੀ ਹਾਂਜੀ ਏੜੀ ਦਾ ਦੇਖੋ ਤੁਸੀਂ ਪੀਕੋਕ ਵਰਕ ਹੋਇਆ ਸਾਰਾ ਹਾਂਜੀ 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 ਪੀਕੋਕ ਵਰਕ ਸਾਰਾ ਹੋਇਆ ਠੀਕ ਹੈ ਜੀ ਤੇ ਇਹਦੀ ਭਾਜੀ ਪ੍ਰਾਈਸ ਕੀ ਹੁੰਦੀ ਮਾਰਕੀਟ ਭਾਈ ਇਹਦਾ 3500 ਆ ਠੀਕ ਹੈ ਜੀ ਇਹ ਵੀ ਤੁਹਾਨੂੰ 1000 ਰੁਪਏ ਚ ਹੀ ਦਊਂਗੇ ਅਸੀਂ 1000 ਰੁਪਏ ਦੇ ਵਿੱਚ ਸਿਰਫ 1000 ਰੁਪਏ ਚ ਠੀਕ ਹੈ ਜੀ ਸਾਡੇ ਕੋਲ 1000 ਰੁਪਏ ਚ ਜਿਹੜੀ ਡਿਜ਼ਾਈਨਿੰਗ ਆ 500 ਤੋਂ ਪਲੱਸ ਆ ਠੀਕ ਹੈ ਜੀ 500 ਡਿਜ਼ਾਈਨ ਤੋਂ ਪਲੱਸ ਡਿਜ਼ਾਈਨਿੰਗ ਆ ਸਾਡੇ ਕੋਲ ਤੇ ਜਿੰਨੀ ਕਿ ਵੈਰਾਈਟੀ ਆਪਾਂ ਇੱਥੇ ਲੱਗੀ ਉਹ ਦੇਖ ਰਿਹਾ ਮੈਨੂੰ ਲੱਗਦਾ ਇਹ ਸਿਰਫ 5-7% ਹੀ ਆ 5-7% ਹੀ ਆ ਠੀਕ ਹੈ ਜੀ ਤੁਸੀਂ ਆ ਦੇਖੋ ਤੁਸੀਂ ਨੈਟ 'ਚ ਡਿਜ਼ਾਈਨ ਦੇਖੋਗੇ ਜਿੰਨੇ ਵੀ ਉਹ ਸਾਰੇ ਸਾਡੇ ਕੋਲ ਅਵੇਲੇਬਲ ਹੈਗੇ ਠੀਕ ਹੈ ਜੀ ਕੋਈ ਵੀ ਨੈਟ 'ਚ ਡਿਜ਼ਾਈਨ ਕੱਢੋ ਸਾਡੇ ਕੋਲ ਅਵੇਲੇਬਲ ਹੈਗਾ ਕੁਝ ਡਿਜ਼ਾਈਨ ਇਦਾਂ ਦੇ ਵੀ ਸਾਡੇ ਕੋਲ ਹੈਗੇ ਤੁਹਾਨੂੰ ਜਿਹੜੇ 6 ਮਹੀਨੇ ਦੇਖਣ ਨੂੰ ਨਹੀਂ ਮਿਲਣੇ ਮਾਰਕੀਟ ਤੱਕ 6 ਮਹੀਨੇ ਤੋਂ ਬਾਅਦ ਦੇਖੋਗੇ ਠੀਕ ਹੈ ਜੀ ਇਹਦਾ ਰੱਖੋ ਪਰਲ ਵਰਕ ਹੈਗਾ ਇਹ 6 ਮਹੀਨੇ ਤੋਂ ਬਾਅਦ ਦੇਖਣ ਨੂੰ ਮਿਲੂਗੇ ਬਿਲਕੁਲ ਜੀ ਤੇ ਇਹਦਾ ਵੀ ਆਪਾਂ ਮੈਂ ਵੀਅਰਸ ਨੂੰ ਕਹਿ ਦਿੰਦਾ ਤੁਸੀਂ ਸਕਰੀਨਸ਼ਾਟ ਜ਼ਰੂਰ ਲੈ ਲਿਓ ਜੇਕਰ ਤੁਸੀਂ ਆਰਡਰ ਕਰਨਾ ਚਾਹੁੰਦੇ ਭਾਜੀ ਨੂੰ WhatsApp ਕਰ ਸਕਦੇ ਆ ਜੀ ਹਾਂ ਜੀ ਠੀਕ ਹੈ ਜੀ ਤੇ ਹੋਰ ਭਾਜੀ ਚੂੜੇ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦਿਖਾਉਣ ਜਾ ਰਹੇ ਆ ਦੇਖੋ ਇਹ ਕਾਫੀ ਇਸ ਵੇਲੇ ਹੋਟ ਡਿਜ਼ਾਈਨ ਹੈਗਾ ਕਾਫੀ ਹਾਂਜੀ ਹਾਂਜੀ ਤੁਹਾਨੂੰ ਇਹ ਜਿੱਥੇ ਜਾਓਗੇ ਕਿਸੇ ਸ਼ੋਪ ਤੇ ਜਾਓਗੇ ਉਹ 4000 4500 ਮੰਗੇਗਾ 4000 4500 ਠੀਕ ਹੈ ਜੀ ਇਹ ਸਾਡੇ ਕੋਲ ਮਿਲ ਜਾਏਗਾ ਸਿਰਫ 1500 ਚ ਸਿਰਫ 1500 ਦੇ ਵਿੱਚ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਸੇਲ ਹੁੰਦਾ ਡਿਜ਼ਾਈਨ ਜੇ ਤੁਹਾਡੇ ਚੈਨਲ ਦੇ ਥਰੂ ਆਊਗਾ ਇਹ ਹਾਂਜੀ ਤੇ ਉਹਨੂੰ ਐਕਸਟਰਾ ਡਿਸਕਾਊਂਟ ਵੀ ਦਵਾਂਗੇ ਇਸ ਡਿਜ਼ਾਈਨ ਦੇ ਉੱਪਰ ਇਸ ਡਿਜ਼ਾਈਨ ਦੇ ਉੱਪਰ ਤੇ ਡਿਜ਼ਾਈਨ ਤੁਸੀਂ ਇੱਕ ਵਾਰੀ ਜੀ ਦੇਖ ਕੇ ਤੇ ਸਕਰੀਨਸ਼ਾਟ ਲੈ ਸਕਦੇ ਆ ਜੇਕਰ ਤੁਸੀਂ ਵੀਡੀਓ ਦੇਖ ਕੇ ਆਉਣੇ ਤਾਂ ਭਾਜੀ ਦਾ ਕਹਿਣਾ ਹੈ ਕਿ ਤੁਹਾਨੂੰ ਡਿਸਕਾਊਂਟ ਵੀ ਦਵਾਂਗੇ ਹਾਂਜੀ ਇਸ ਡਿਜ਼ਾਈਨ ਦੇ ਉੱਪਰ ਇਹ ਡਿਜ਼ਾਈਨ ਕਾਫੀ ਫੇਮਸ ਆ ਠੀਕ ਹੈ ਜੀ ਤੇ ਹੋਰ ਅੱਗੇ ਭਾਜੀ ਹੁਣ ਕੀ ਦਿਖਾਵਾਂਗੇ ਜੀ ਹੁਣ ਇੱਕ ਹੈਗਾ ਕੁੰਦਨ ਰੇਂਜ ਬਹੁਤ ਬਰੀਕ ਕੁੰਦਨ ਦੇ ਵਿੱਚ ਹੈਗਾ ਹਾਂਜੀ ਠੀਕ ਹੈ ਜੀ
ਭਾਅ ਜੀ ਮੈਂ ਤਾਂ ਦੇਖ ਰਿਹਾ ਜਿੱਦਾਂ ਹੁਣ ਚੂੜੇ ਦੀ ਇੱਥੇ ਬਹੁਤ ਸਾਰੀ ਵਰਾਇਟੀ, ਜੇ ਤਾਂ ਅਸੀਂ ਦੇਖਣ ਆਈਏ ਮੈਂ ਇੱਕ ਦੋ ਦੇਖ ਕੇ ਕਹਿ ਦੂੰਗਾ ਹਾਂ ਜੀ ਓਕੇ ਜੀ। ਹਾਂਜੀ ਪਰ ਲੇਡੀਜ਼ ਦੀ ਗੱਲ ਹੁੰਦੀ, ਲੇਡੀਜ਼ ਦੇਖਦੀਆਂ ਨੇ। ਦੇਖੋ ਕਸਟਮਰ ਸਾਡੇ ਕੋਲ ਸਵੇਰੇ 9 ਵਜੇ ਆ ਜਾਵੇ ਸ਼ੋਪ ਦੇ ਉੱਪਰ, ਹਾਂਜੀ ਰਾਤ ਦੇ 9 ਵਜੇ ਤੱਕ ਖੜਾ ਰਹੇ ਤੇ ਤੁਹਾਡੇ ਕੋਲ ਡਿਜ਼ਾਇਨ ਨਹੀਂ ਖਤਮ ਹੋਊਗੇ। ਠੀਕ ਹੈ ਜੀ, ਔਰ ਇੰਨੇ ਡਿਜ਼ਾਈਨ ਇਸ ਟਾਈਮ ਹੈਗੇ ਨੇ? ਹਾਂਜੀ ਸਾਡੇ ਕੋਲ ਬਿਲਕੁਲ ਜੀ ਹੈਗੇ। ਠੀਕ ਹੈ ਜੀ, ਤੇ ਹੋਰ ਭਾਜੀ ਕੀ ਸਾਡੇ ਕੋਲ ਰਿਵਰਸ ਏਡੀ ਦੇ ਵਿੱਚ ਵੀ ਬਹੁਤ ਹੈਗੀ? ਹਾਂਜੀ ਹਾਂਜੀ, ਆ ਰਿਵਰਸ ਏਡੀ ਹੁੰਦਾ। ਠੀਕ ਹੈ ਜੀ, ਇਹ ਕਾਫੀ ਅੱਛੀ ਕੁਆਲਿਟੀ ਹੁੰਦੀ, ਇਸ ਤੋਂ ਉੱਪਰ ਕੁਆਲਿਟੀ ਨਹੀਂ ਆਉਂਦੀ। ਹਾਂਜੀ, ਤੇ ਇਹ ਭਾਜੀ ਕੀ ਪ੍ਰਾਈਸ ਪਊਗਾ ਇਹਦਾ? ਇਹ ਮਾਰਕੀਟ ਤੁਹਾਨੂੰ ਇਹ 7,000-8,000 ਇਹਦਾ ਮਿਲੂਗੇ। ਠੀਕ ਹੈ ਜੀ, ਸਾਡੇ ਕੋਲ ਸਿਰਫ 2,500 ਰੁਪਏ। ਸਿਰਫ 2,500 ਰੁਪਏ? ਹਾਂਜੀ। ਅੱਛਾ, ਇਹ 7,000-8,000 ਮਾਰਕੀਟ ਪ੍ਰਾਈਸ ਆ ਇਸਦਾ? ਹਾਂਜੀ ਹਾਂਜੀ। ਠੀਕ ਹੈ ਜੀ, ਤੁਸੀਂ ਇਸਦਾ ਸਕਰੀਨਸ਼ਾਟ ਲੈ ਸਕਦੇ ਆ। ਇਹਦੀ ਮਾਰਕੀਟ ਪ੍ਰਾਈਸ ਹੈਗੀ ਹੈ ਜੀ 7,000-8,000। 7,000-8,000 ਤੇ ਨਰੂਲਾ ਲਹਿੰਗਾ ਉਸ ਤੁਹਾਨੂੰ ਮਿਲੂਗਾ ਸਿਰਫ 2,500 ਦੇ ਵਿੱਚ। ਠੀਕ ਹੈ ਜੀ, ਤੁਸੀਂ ਕਸਟਮਰ ਜਿੰਨੇ ਵੀ ਦੇਖ ਰਹੇ ਨੇ ਇਸ ਟਾਈਮ ਸਕਰੀਨਸ਼ਾਟ ਲੈ ਕੇ ਅਤੇ ਭਾਅ ਜੀ ਨੂੰ ਵਟਸਐਪ ਕਰ ਸਕਦੇ ਆ। ਨਿੱਕਾ ਵੀ ਹੈਗਾ? ਠੀਕ ਹੈ ਜੀ, ਡਿਜ਼ਾਇਨ ਕੁੰਦਨ ਦੇ ਵਿੱਚ ਪਾਲਵਗ ਦੇ ਨਾਲ ਆ। ਠੀਕ ਹੈ ਜੀ, ਰਾਨੀ ਕਲਰ ਦੇ ਵਿੱਚ ਆ, ਰਾਨੀ ਕਲਰ ਕਾਫੀ ਚੱਲਦਾ ਪਿਆ। ਹਾਂਜੀ ਹਾਂਜੀ, ਆਪਾਂ ਜਿੰਨੇ ਵੀ ਚੂੜੇ ਦੇਖੇ ਨੇ ਸਾਰਿਆਂ ਦੇ ਤਕਰੀਬਨ ਡਿਫਰੈਂਸ ਆ ਜੀ। ਤੁਸੀਂ ਇੱਕ ਦੇਖੋ ਜਿੰਨੇ ਵੀ ਤੁਹਾਨੂੰ ਡਿਜ਼ਾਇਨ ਦਿਖਾਏ ਆ, ਹਾਂਜੀ ਹਰੇਕ ਦੇ ਵਿੱਚ ਮੇਰੇ ਕੋਲ 15 ਕਲਰ ਹੈਗੇ ਆ। ਹਰ ਇੱਕ ਦੇ ਵਿੱਚ 15 ਕਲਰ? 15 ਕਲਰ ਹੈਗੇ। ਠੀਕ ਹੈ ਜੀ, ਅੱਛਾ ਇਸ ਟਾਈਮ ਆਪਾਂ ਰੈੱਡ ਕਲਰ ਕੱਢ ਕੇ ਲਗਾਇਆ? ਹਾਂ, ਰੈੱਡ ਜਿਹੜਾ ਰੈੱਡ ਮੈਰੂਨ ਲਗਾਇਆ, ਹਾਂਜੀ ਲਾਈਟ ਮੈਰੂਨ ਲਗਾਇਆ। ਠੀਕ ਹੈ, ਇਹ 'ਚ ਮੇਰੇ ਕੋਲ 15 ਕਲਰ ਹੈਗੇ ਆ। ਹਰ ਇੱਕ ਚੂੜੇ ਦੇ ਵਿੱਚ? ਹਰ ਇੱਕ ਚੂੜੇ 'ਚ 15 ਕਲਰ ਤੇ ਪ੍ਰਾਈਸ ਸੇਮ ਹੀ ਹੋਣਗੇ? ਪ੍ਰਾਈਸ ਸੇਮ। ਅੱਛਾ, ਕਲਰ ਜਿਹੜਾ ਮਰਜ਼ੀ ਹੋਵੇ, ਕਲਰ ਜਿਹੜਾ ਮਰਜ਼ੀ ਮਿਲੂਗਾ। ਹਾਂਜੀ। ਠੀਕ ਹੈ ਜੀ, ਤੇ ਭਾਅ ਜੀ ਇਸ ਚੂੜੇ ਦੀ ਪ੍ਰਾਈਸ ਮਾਰਕੀਟ ਦੇ ਵਿੱਚ ਕੀ ਹੋਊਗੀ? ਮਾਰਕੀਟ ਪਈ ਇਹਦਾ 3,500-4,000 ਆ। ਅੱਛਾ, ਤੇ ਮੇਰੇ ਕੋਲ ਸਿਰਫ 1,500? ਸਿਰਫ 1,500 ਰੁਪਏ। ਠੀਕ ਹੈ ਜੀ, ਤੇ ਹੋਰ ਭਾਅ ਜੀ ਇਸ ਤੋਂ ਇਲਾਵਾ ਆਪਾਂ ਕੀ ਦਿਖਾਵਾਂਗੇ? ਇੱਕ ਆ ਹੈਗਾ ਬਹੁਤ, ਜਿਹਨੂੰ ਅਸੀਂ ਇੱਕ ਤਰ੍ਹਾਂ ਪੰਜਾਬੀ ਚੂੜਾ ਵੀ ਕਹਿ ਦਿੰਦੇ ਹਾਂ। ਠੀਕ ਹੈ ਜੀ, ਇਹ ਬਹੁਤ ਟ੍ਰੈਂਡ ਦੇ ਵਿੱਚ ਹੈਗਾ, ਤੁਸੀਂ ਦੇਖ ਸਕਦੇ ਹਾਂ, ਅਤੇ ਇਹਦੇ ਉੱਤੇ ਨਕਾਸ਼ੀ ਵੀ ਨਾ ਬਹੁਤ ਸੋਹਣੀ ਕੀਤੀ ਹੋਈ ਹੈ। ਹਾਂਜੀ ਬਿਲਕੁਲ ਜੀ, ਅਤੇ ਭਾਅ ਜੀ ਇਸ ਚੂੜੇ ਦੀ ਪ੍ਰਾਈਸ ਕੀ ਹੋਊਗੀ? ਇਹ ਮਾਰਕੀਟ ਪ੍ਰਾਈਸ ਇਹਦੀ 5,000 ਆ। ਠੀਕ ਹੈ ਜੀ, ਸਾਡੇ ਕੋਲ ਸਿਰਫ 2,000 'ਚ ਮਿਲੇਗਾ। ਅੱਛਾ, ਮਾਰਕੀਟ ਪ੍ਰਾਈਸ 5,000 ਆ ਅਤੇ ਸਾਡੇ ਕੋਲ ਸਿਰਫ 2,000? ਠੀਕ ਹੈ ਜੀ, ਅਤੇ ਭਾਅ ਜੀ ਜੇਕਰ ਕੋਈ ਤੁਹਾਨੂੰ ਕਸਟਮਰ ਪੰਜਾਬ ਤੋਂ ਬਾਹਰ ਕਾਲ ਕਰਦਾ ਹੈ ਤਾਂ ਤੁਸੀਂ ਉੱਥੇ ਭੇਜ ਸਕਦੇ? ਹਾਂ ਭੇਜ ਸਕਦੇ, ਆਲ ਓਵਰ ਇੰਡੀਆ 'ਚ। ਆਲ ਓਵਰ ਇੰਡੀਆ ਤੁਸੀਂ ਸ਼ਿਪ ਕਰਦੇ ਹੋ? ਹਾਂ, ਸ਼ਿਪਿੰਗ। ਠੀਕ ਹੈ ਜੀ, ਅਤੇ ਨੰਬਰ ਭਾਅ ਦੇ ਸਕਰੀਨ ਉੱਪਰ ਚੱਲ ਰਹੇ ਨੇ, ਅਤੇ ਨਾਲ ਤੁਸੀਂ ਹੋਰ ਵੀ ਵਰਾਇਟੀਜ਼ ਦੇਖ ਸਕਦੇ ਹਾਂ ਚੂੜੇ ਦੀ। ਅਤੇ ਭਾਅ ਜੀ ਹੋਰ ਕੋਈ ਚੀਜ਼ ਜਿਹੜੀ ਚੂੜੇ ਦੇ ਵਿੱਚ ਸਾਡੀ ਰਹਿ ਗਈ ਹੋਵੇ ਹੁਣ ਦਿਖਾਉਣ ਵਾਲੀ ਕਸਟਮਰ? ਦੁਨੀਆ ਭਰ ਦੇ ਡਿਜ਼ਾਇਨ? ਅੱਛਾ, ਦੁਨੀਆ ਭਰ ਦੇ ਡਿਜ਼ਾਇਨ ਸਾਡੇ ਕੋਲ ਅਵੇਲੇਬਲ ਆ। ਠੀਕ ਹੈ ਜੀ, ਦੁਨੀਆ ਭਰ ਦੇ ਕੋਈ ਵੀ ਡਿਜ਼ਾਇਨ ਨੇ, ਤੁਸੀਂ ਨੈੱਟ ਤੋਂ ਕੋਈ ਡਿਜ਼ਾਇਨ ਕੱਢ ਕੇ ਲਿਆਓ, ਸਾਡੇ ਕੋਲ ਬਣਵਾ ਲਓ। ਅੱਛਾ, ਤੁਸੀਂ ਬਣਾ ਕੇ ਵੀ ਦੇ ਸਕਦੇ? ਹਾਂਜੀ, ਸਾਡੀ ਮੈਨੂਫੈਕਚਰਿੰਗ ਹੈ ਇਹਦੀ। ਅੱਛਾ, ਤੁਸੀਂ ਬਣਾ ਕੇ ਵੀ ਦਿੰਦੇ ਆ ਜੇਕਰ ਤੁਹਾਨੂੰ ਕੋਈ ਗੂਗਲ ਤੋਂ ਲਿਹਾ ਲੱਭ ਕੇ? ਦੁਨੀਆ ਭਰ ਦਾ ਡਿਜ਼ਾਇਨ ਲਿਆਓ ਸਾਡੇ ਕੋਈ ਵੀ? ਹਾਂ, ਬਣ ਜਾਏਗਾ ਸਾਡੇ ਕੋਲ। ਅਤੇ ਹੁਣ ਚੂੜਾ ਤਾਂ ਆਪਣਾ ਤਕਰੀਬਨ ਕਹਿ ਦਈਏ, ਤਕਰੀਬਨ ਤਾਂ ਨਹੀਂ ਹੋ ਸਕਦਾ ਇਹ ਤਾਂ? ਨਹੀਂ ਨਹੀਂ, ਬਹੁਤ ਬਹੁਤ ਡਿਜ਼ਾਇਨ ਮੈਂ ਕਿਹਾ, ਇਹ ਸਿਰਫ 5% ਆਪਾਂ ਦਿਖਾਏ ਤੁਹਾਨੂੰ ਸਿਰਫ। ਹਾਂਜੀ ਹਾਂਜੀ, ਸਾਡੇ ਕੋਲ 95% ਇਸ ਤੋਂ ਬਾਅਦ ਹੋਰ ਵਰਾਇਟੀ ਵੀ ਹੈਗੀ। ਹਾਂਜੀ, ਜੇਕਰ ਤੁਸੀਂ ਇਸ ਤੋਂ ਜ਼ਿਆਦਾ ਵਰਾਇਟੀ ਦੇਖਣੀ ਚਾਹੁੰਦੇ ਹੋ, ਦੇਖੋ ਤੁਸੀਂ ਡਿਜ਼ਾਇਨ ਕੋਈ ਤੁਸੀਂ ਅੱਜ ਤੋਂ 10 ਸਾਲ ਪਹਿਲੇ ਵੀ ਦੇਖਿਆ ਹੋਵੇ, ਉਹ ਵੀ ਸਾਡੇ ਕੋਲ ਅਵੇਲੇਬਲ ਹੋਏਗਾ। ਅੱਛਾ, ਉਹ ਵੀ ਤੁਸੀਂ ਜੇ ਨਾ ਹੋਵੇ ਤਾਂ ਅਸੀਂ ਬਣਾ ਕੇ ਦੇ ਸਕਦੇ? ਹਾਂਜੀ ਬਣਾ, ਬਿਲਕੁਲ ਜੀ, ਕਿਉਂਕਿ ਮੰਨ ਲਓ ਇਹ ਤਾਂ ਅਸੀਂ ਸਿਰਫ ਡੈਮੋ ਦਿਖਾਈ ਹੈ, ਜੇਕਰ ਤੁਸੀਂ ਹੋਰ ਵੀ ਇਸ ਤੋਂ ਇਲਾਵਾ ਡਿਜ਼ਾਇਨ ਦੇਖਣਾ ਚਾਹੁੰਦੇ ਹੋ ਤਾਂ ਭਾਅ ਜੀ ਦੀ ਸ਼ੋਪ 'ਤੇ ਵਿਜ਼ਿਟ ਕਰ ਸਕਦੇ ਹਾਂ। ਹਾਂ, ਕਈ ਵੇਲੇ ਕਸਟਮਰ ਦੇਖਦਾ ਕਿ ਮੈਂ ਅੱਜ ਤੋਂ 2 ਸਾਲ ਪਹਿਲੇ ਡਿਜ਼ਾਇਨ ਦੇਖਿਆ ਸੀਗਾ, ਮੇਰੀ ਚਾਹਤ ਇਹ ਕਿ ਮੈਂ ਡਿਜ਼ਾਇਨ ਪਾਉਣਾ। ਬਿਲਕੁਲ ਜੀ, ਅਤੇ ਉਹ ਵੀ ਡਿਜ਼ਾਇਨ ਆਪਾਂ ਅਵੇਲੇਬਲ ਕਰਾ ਦੂੰਗੇ। ਹਾਂਜੀ ਹਾਂਜੀ, ਅਤੇ ਹੁਣ ਮੈਨੂੰ ਇਸ ਤੱਕ ਚੀਜ਼ 'ਤੇ ਆਈ ਹੈ ਕਿ ਆਲੀਆ ਭੱਟ ਦਾ ਡਾਇਲੋਗ ਸੀ, ਅਗਰ ਲਹਿੰਗਾ ਪਹਿਨੂੰਗੀ ਤਾਂ ਕਰੀਨਾ ਕਪੂਰ ਵਾਲਾ ਡਿਜ਼ਾਇਨਰ ਲਹਿੰਗਾ ਪਹਿਨ ਕਰ ਹੀ ਸ਼ਾਦੀ ਕਰੂੰਗੀ। ਹਾਂਜੀ ਹਾਂਜੀ, ਅਤੇ ਹੁਣ ਇਸ ਤੋਂ ਬਾਅਦ ਆਪਾਂ ਲਹਿੰਗੇ 'ਤੇ ਚੱਲਦੇ ਹਾਂ ਭਾਅ ਜੀ। ਹਾਂਜੀ ਬਿਲਕੁਲ ਜੀ, ਹਾਂਜੀ ਜੀ, ਲਓ ਹੁਣ ਚੂੜੇ ਤੋਂ ਬਾਅਦ ਬਾਰੀ ਆ ਚੁੱਕੀ ਆ ਸਾਡੇ ਲਹਿੰਗਿਆਂ ਦੀ, ਅਤੇ ਹਾਂਜੀ ਦੀਪਕ ਭਾਅ ਜੀ ਹੁਣ ਦੱਸੋ ਆਪਾਂ ਸਟਾਰਟਿੰਗ ਕਿਹੜੇ ਪਾਸਿਓਂ ਕਰਨੀ ਹੈ? ਅਸੀਂ ਆ ਲਹਿੰਗੇ ਵੱਲ ਕਰਦੇ ਹਾਂ ਅਸੀਂ, ਆਹ ਦੇਖੋ। ਹਾਂਜੀ, ਆਹ ਲਹਿੰਗਾ ਤੁਹਾਨੂੰ ਮਾਰਕੀਟ 'ਚ 15-20,000 ਮਿਲੇਗਾ। 15-20,000? 20,000 ਦਾ ਸਾਡੇ ਕੋਲ ਸਿਰਫ ਨਵਾਂ ਲਹਿੰਗਾ, ਅਨਸਟਿਚ ਲਹਿੰਗਾ ਹੈ। ਠੀਕ ਹੈ ਜੀ, ਕੋਈ ਸਟਿਚ ਨਹੀਂ ਹੈਗਾ, ਕੁਛ ਨਹੀਂ ਹੈਗਾ, ਚੋਲੀ ਬੰਨੀ ਹੈ ਇਹਦੀ। ਠੀਕ ਹੈ ਜੀ, ਸਾਰਾ ਕੁਝ ਤਿਆਰ ਹੋਣਾ। ਭਾਅ ਜੀ ਕਲਰ ਕਿਹੜਾ ਜੀ ਇਹ? ਇਹ ਰਾਨੀ ਕਲਰ ਕਹਿੰਦੇ ਉਹਨੂੰ। ਠੀਕ ਹੈ ਜੀ, ਰਾਨੀ ਕਲਰ, ਮਜੈਂਟਾ ਕਲਰ ਕਹਿ ਦਿੰਦੇ ਉਹਨਾਂ ਨੂੰ। ਇਹ ਸਾਨੂੰ ਤੁਹਾਨੂੰ ਸਿਰਫ 5,000 ਦਾ ਮਿਲੇਗਾ। ਇਹ ਸਿਰਫ 5,000? 5,000 ਇਹ ਮਾਰਕੀਟ ਰੇਟ ਦਾ? 15-20,000 ਮਿਲੇਗਾ। 15-20,000 ਮਾਰਕੀਟ ਰੇਟ ਹੈ, ਤਾਂ ਤੁਹਾਡੇ ਕੋਲ ਸਿਰਫ 5,000 ਦਾ? ਇਹ 3 ਕਲਰ ਮਿਲ ਜੂਗੇ। ਠੀਕ ਹੈ ਜੀ, ਕਲਰ ਵੀ ਮਿਲ ਜੂਗੇ, ਇਹ 'ਚ ਰੈੱਡ ਵੀ ਮਹਿਰੂਨ ਵੀ ਕਲਰ ਮਿਲ ਜੂਗਾ, ਇਹ 'ਚ ਰੈੱਡ ਔਰ ਮਹਿਰੂਨ ਕਲਰ ਮਿਲ ਜੂਗਾ। ਠੀਕ ਹੈ ਜੀ, ਇਹਦੇ ਇਸ ਵਿੱਚ ਡਿਜ਼ਾਇਨ ਹੋਰ ਵੀ ਹੈਗੇ ਇਹ 'ਚ। ਠੀਕ ਹੈ ਜੀ, ਇਹ ਦੇਖੋ ਇਹਨਾਂ ਵਿੱਚ ਵੀ ਤੁਹਾਨੂੰ 3 ਕਲਰ ਮਿਲ ਜੂਗੇ, ਇਹ ਵੀ ਸਿਰਫ ਤੁਹਾਨੂੰ ਸਿਰਫ 5,000 ਦਾ। ਸਿਰਫ 5,000 ਦਾ? 5,000 ਦਾ। ਤੇ ਮਾਰਕੀਟ ਪ੍ਰਾਈਸ ਇਹਦਾ ਭਾਅ ਜੀ ਕੀ ਹੋਊ? ਮਾਰਕੀਟ ਪ੍ਰਾਈਸ ਇਹਦਾ 15-20,000। ਮਾਰਕੀਟ ਪ੍ਰਾਈਸ 15-20,000? ਹਾਂਜੀ। ਠੀਕ ਹੈ ਜੀ, ਜੇ ਤੁਹਾਡੇ ਚੈਨਲ
ਹੈਂਡਵਰਕ ਵੀ ਮਿਲ ਜਾਏਗਾ। ਹਾਂਜੀ ਹੈਂਡਵਰਕ ਜਿਹੜਾ ਸਾਡੇ ਕੋਲ ਬਹੁਤ ਰੇਂਜ ਹੈਗੀ ਸਾਡੇ ਕੋਲ। ਠੀਕ ਹੈ ਜੀ, ਸਾਡੇ ਕੋਲ ਰੇਂਜ ਜਿਹੜੀ ਜਿੱਦਾਂ ਤੁਸੀਂ ਦੇਖੀ ਹੈ 5000 ਹੈ। ਬਿਲਕੁਲ 5000 ਤੋਂ ਲੈ ਕੇ ਸਾਡੇ ਕੋਲ ਲੱਖਾਂ 'ਚ ਤੱਕ ਜਾਂਦੀ ਆ। 1 ਲੱਖ ਤੋਂ ਉੱਪਰ ਜਾ ਸਕਦੇ, ਲੱਖ ਤੋਂ ਉੱਪਰ, ਲੱਖ ਤੋਂ ਉੱਪਰ ਜਾ ਸਕਦੇ। ਹਾਂਜੀ ਜੀ, ਅਸੀਂ ਤੁਹਾਨੂੰ ਇਹ 'ਚ ਆਹ ਦੇਖੋ, ਬਿਲਕੁਲ ਜੀ ਆਹ ਹੈਗੇ ਆ ਜਿਹੜੇ ਆਪਾਂ ਰੈਂਟ 'ਤੇ ਵੀ ਦਿੰਦੇ ਹਾਂ। ਠੀਕ ਹੈ ਜੀ। ਹਾਂਜੀ, ਜਿਹੜੇ ਰੈਂਟ ਵਾਲੇ ਲਹਿੰਗੇ ਹੈਗੇ ਆ ਉਹ ਸਾਡੇ 50,000 ਪਲੱਸ 'ਤੇ ਹੈਗੇ ਆ। ਅੱਛਾ, ਰੈਂਟ ਵਾਲੇ 50,000 ਪਲੱਸ ਦੇ ਆ? ਪਲੱਸ ਦੇ ਆ। ਅਤੇ ਭਾਅ ਜੀ ਉਹਨਾਂ ਦਾ ਰੈਂਟ ਜਿਹੜਾ ਸ਼ੁਰੂ ਹੋ ਜਾਂਦਾ 5,000 ਤੋਂ ਹੋ ਜਾਂਦਾ? 5,000 ਤੋਂ ਹੋ ਜਾਂਦਾ। ਹਾਂਜੀ, ਠੀਕ ਹੈ ਜੀ। ਅਤੇ ਮਾਰਕੀਟ ਦੇ ਵਿੱਚ ਭਾਅ ਜੀ ਉਹਦਾ ਰੈਂਟ ਕੀ ਹੋਊਗਾ? ਜਿਹੜਾ ਰੈਂਟ ਤੁਹਾਨੂੰ ਜਿਹੜਾ ਮਾਰਕੀਟ 'ਚ ਤੁਹਾਨੂੰ ਮਿਲੂਗਾ 10,000 ਤੋਂ 12,000, ਉਹ ਸਾਡੇ ਕੋਲ 5,000 'ਚ ਮਿਲ ਜਾਏਗਾ। ਠੀਕ ਹੈ ਜੀ, ਵਿਦ ਸੈੱਟ ਕੰਪਲੀਟ? ਕੰਪਲੀਟ, ਜੁਅਲਰੀ ਸੈੱਟ ਵੀ ਨਾਲ ਮਿਲ ਜਾਏਗਾ ਇਹਦੇ। ਓਕੇ, ਮੈਚਿੰਗ ਵੀ ਪੂਰਾ ਮਿਲੇਗਾ ਸਾਡੀ ਜਿਹੜੀ ਆ ਦੋਨਾਂ ਨੂੰ ਪ੍ਰੋਪਰ ਤਿਆਰ ਹੋ ਜਾਊਗੀ। ਹਾਂਜੀ ਬਿਲਕੁਲ ਜੀ, ਸਾਡੇ ਕੋਲ ਬਸ ਕਹਿੰਦੇ ਨਾ ਦੁਲਾ ਦੁਲਨ ਹਮ ਸੇ ਜਾਤੇ ਹੈ, ਬਿਲਕੁਲ ਜੀ ਉਹ ਚੀਜ਼ ਆ ਸਾਡੇ ਕੋਲ। ਅੱਛਾ, ਤੁਹਾਨੂੰ ਜਾ ਕੇ ਭੇਜਾਂਗੇ? ਹਾਂਜੀ, ਠੀਕ ਹੈ ਜੀ, ਕਿਉਂਕਿ ਇਸ ਤੋਂ ਬਾਅਦ ਆਪਾਂ ਹੁਣ ਸ਼ੇਰਵਾਨੀਆਂ ਵੱਲ ਵੀ ਜਾਣਾ ਹੈ ਨਾ। ਹਾਂਜੀ ਬਿਲਕੁਲ ਜੀ, ਤੁਸੀਂ ਇਹ ਚੀਜ਼ ਕਰੀ ਦੇਖੋ, ਹਰ ਕਲਰ ਮਿਲ ਜਾਏਗਾ ਇਹਨਾਂ 'ਚ, ਕਿਉਂਕਿ ਆਹ ਮੈਂ ਦੇਖ ਰਿਹਾ ਬਹੁਤ ਸੋਹਣਾ ਕਲਰ। ਹਾਂਜੀ, ਇਹ ਅਨੁਸ਼ਕਾ ਕਲਰ ਕਹਿੰਦੇ ਆ ਜੀ, ਅਨੁਸ਼ਕਾ ਕਲਰ। ਹਾਂਜੀ ਹਾਂਜੀ, ਕੰਪਿਊਟਰ ਇੱਕ ਵਰਕ ਵੀ ਆ ਇੱਕ, ਆਹ ਦੇਖੋ ਸਾਡੇ ਕੋਲ ਇੱਕ ਆਹ ਮਿਲੇਗਾ ਪੂਰਾ ਪੂਰੇ 'ਚ ਹਾਥੀ ਘੋੜੇ ਵਗੈਰਾ ਸਭ ਕੁਝ ਦਾ ਜੈਪੁਰੀ ਸਟਾਈਲ ਬਣਿਆ। ਠੀਕ ਹੈ, ਇਹ ਭਾਅ ਜੀ ਰੈਂਟ 'ਤੇ ਦਿੰਦੇ ਹੋ ਤੁਸੀਂ? ਰੈਂਟ 'ਤੇ ਮਿਲ ਜਾਏਗਾ। ਇਹਦਾ ਭਾਅ ਜੀ ਰੈਂਟ ਕੀ ਹੋਊਗਾ? ਉੱਦਾਂ ਇਹਦਾ ਐਕਚੁਅਲ ਪ੍ਰਾਈਜ਼ 1,00,000 ਰੁਪਏ ਆ। 1,00,000 ਰੁਪਏ? ਠੀਕ ਆ ਜੀ, ਇਹ ਤੁਹਾਨੂੰ 15,000 ਰੁਪਏ ਰੈਂਟ ਲੱਗ ਜਾਏਗਾ। 15,000 ਰੁਪਏ ਪਰ ਡੇ ਦਾ? ਹਾਂਜੀ, ਜਿਹੜੇ ਕਈ ਲੱਖ ਰੁਪਏ ਨਹੀਂ ਖਰਚ ਸਕਦੇ ਆ ਉਹ ਕਿਰਾਏ 'ਤੇ ਲੈ ਕੇ ਆਪਣਾ ਸ਼ੌਂਕ ਪੂਰਾ ਕਰ ਸਕਦੇ। ਠੀਕ ਆ ਜੀ, ਅਤੇ ਭਾਅ ਜੀ ਇਹਦਾ ਪ੍ਰਾਈਜ਼ ਕੀ ਹੋਊਗਾ? ਇਹ ਕਲਰ ਮੈਨੂੰ ਬਹੁਤ ਪਸੰਦ ਆਇਆ, ਸੱਚੀ ਕਹਾਂ ਪਰਸਨਲੀ, ਮੈਨੂੰ ਇਹਦਾ ਕਲਰ ਔਰ ਇਹਦਾ ਡਿਜ਼ਾਈਨ ਬਹੁਤ ਪਸੰਦ ਆ। ਇਹ ਤੁਹਾਨੂੰ ਲੱਗ ਜਾਏਗਾ 8,000 ਰੁਪਏ ਦਾ ਆਪਾਂ ਰੈਂਟ 'ਤੇ ਦੇ ਦੂੰਗੇ। ਠੀਕ ਹੈ, 8,000 ਰੈਂਟ ਆ, ਅਤੇ ਵੈਸੇ ਇਹਦੀ ਪ੍ਰਾਈਜ਼ ਭਾਅ ਜੀ ਕੀ ਹੋਊਗੀ? ਪ੍ਰਾਈਜ਼ ਇਹਦੀ 75,000। 75,000 ਇਹਦੀ ਪ੍ਰਾਈਜ਼ ਹੋਊਗੀ? ਹਾਂਜੀ ਜੀ, ਅਤੇ ਜੇ ਤੁਹਾਡੇ ਚੈਨਲ ਦੇ ਥਰੂ ਦੱਸੋਗੇ ਹਾਂਜੀ ਅਤੇ ਅਸੀਂ ਉਹਨਾਂ ਦਾ ਵੀ ਮਾਨ ਕਰ ਦੂੰਗੇ। ਠੀਕ ਹੈ ਜੀ, ਹਾਂਜੀ। ਅਤੇ ਭਾਅ ਜੀ ਇਸ ਤੋਂ ਇਲਾਵਾ ਪਿੱਛੇ ਵੀ ਸਾਡੇ ਕਾਫੀ ਬਹੁਤ ਪੀਕੋ ਡਿਜ਼ਾਇਨ ਹੈਗਾ, ਫੇਮਸ ਕਾਫੀ ਬਹੁਤ ਚੱਲਿਆ ਪੀਕੋ ਡਿਜ਼ਾਇਨ ਹੈਗਾ, ਕਾਫੀ ਪੀਕੋਕ ਡਿਜ਼ਾਇਨ ਬਹੁਤ ਚੱਲਿਆ ਹੈਗਾ ਨਾ ਇਹਨੂੰ। ਹਾਂਜੀ ਹਾਂਜੀ, ਠੀਕ ਹੈ ਭਾਅ ਜੀ। ਇਹ ਕਲਰ ਕਿਹੜਾ ਹੈ ਜੀ? ਇਹ ਪੀਚ ਕਲਰ ਹੈ। ਇਹ ਪੀਚ ਕਲਰ ਹੈ ਜੀ? ਹਾਂਜੀ, ਕਿਉਂਕਿ ਇਹਦੇ ਵਿੱਚ ਵੀ ਕਾਫੀ ਮਿਹਨਤ ਲੱਗੀ ਹੋਈ ਹੈ ਸਾਰਾ ਹੈਂਡ ਵਰਕ ਕਰਨੀ ਹੈ। ਠੀਕ ਹੈ ਜੀ, ਆਹ ਦੇਖੋ ਇੱਕ ਅਮੀਰ, ਇਹ ਕਲਰ ਸਭ ਤੋਂ ਡਿਫਰੈਂਟ ਹੈ ਭਾਅ ਜੀ। ਹਾਂਜੀ, ਮੈਰੂਨ ਕਾਫੀ ਚੱਲ ਰਿਹਾ ਇਸ ਵੇਲੇ। ਹਾਂਜੀ, ਇਹਦਾ ਦੁਪੱਟਾ ਦੇਖੋ ਅਲੱਗ ਆ ਨਾ, ਕੰਟਰਾਸਟ ਦੁਪੱਟਾ। ਅਤੇ ਭਾਅ ਜੀ ਇਸ ਲਹਿੰਗੇ ਦੀ ਪ੍ਰਾਈਸ ਕੀ ਹੋਊਗੀ? ਇਹ 1,25,000 ਦੇ ਕਰੀਬ। 1,25,000 ਦੇ ਕਰੀਬ ਹੈਗੀ ਆ? ਹਾਂਜੀ, ਅਤੇ ਜੇਕਰ ਇਹ ਰੈਂਟ 'ਤੇ ਦੇਣਾ ਹੋਵੇ? 25,000। 25,000 ਇਹਦੀ ਪ੍ਰਾਈਜ਼ ਆ ਜੀ ਰੈਂਟ 'ਤੇ ਦੇਣਾ, ਜੇ ਤੁਹਾਡੇ ਚੈਨਲ ਦੇ ਥਰੂ ਆਊਗੇ। ਠੀਕ ਹੈ ਜੀ, ਅਤੇ ਭਾਅ ਜੀ ਇਸ ਦੀ ਪ੍ਰਾਈਸ ਕੀ ਹੋਊਗੀ? ਹਾਂਜੀ, ਇਸ ਦੀ ਇਸ ਲਹਿੰਗੇ ਦੀ ਪ੍ਰਾਈਸ ਭਾਅ ਜੀ ਕੀ ਹੋਊਗੀ? ਇਹ 80 ਦੇ ਕਰੀਬ। 80,000 ਦੇ ਕਰੀਬ, ਅਤੇ ਰੈਂਟ ਦੇ ਉੱਪਰ ਭਾਅ ਜੀ? ਰੈਂਟ ਦੇ ਤੁਹਾਨੂੰ ਮਿਲੂਗਾ 15,000। ਰੈਂਟ 'ਤੇ 15,000, ਅਤੇ ਸਭ ਤੋਂ ਅੱਖਾਂ ਨੂੰ ਜਿਹੜਾ ਨਾ ਵਧੀਆ ਲੱਗਣ ਵਾਲਾ ਕਲਰ ਆ ਉਹ ਇਹ ਆ ਭਾਅ ਜੀ ਲਹਿੰਗੇ ਦੇ ਵਿੱਚੋਂ। ਰੈਡ ਰੈਡ ਮੈਰੂਨ ਤਾਂ ਦੁਲਹਨ ਪਹਿਲੇ ਪਸੰਦ ਕਰਦੀ ਹੈ ਜੀ। ਬਿਲਕੁਲ ਜੀ, ਹਾਂਜੀ, ਅਤੇ ਇਹ ਸਭ ਤੋਂ ਹੈਵੀ ਵੀ ਲੱਗਦਾ ਦੇਖਣ ਨੂੰ। ਹਾਂਜੀ ਹਾਂਜੀ, ਫੁੱਲ ਹੈਵੀ ਆ ਜੀ। ਅਤੇ ਇਹਦੀ ਭਾਅ ਜੀ ਪ੍ਰਾਈਜ਼ ਕੀ ਹੋਊਗੀ ਇਸ ਲਹਿੰਗੇ ਦੀ? ਇਸ ਲਹਿੰਗੇ ਦੀ ਪ੍ਰਾਈਜ਼ ਹੈਗੀ 90,000। 90,000, ਹਾਂਜੀ, ਅਤੇ ਰੈਂਟ ਦੇ ਉੱਪਰ ਭਾਅ ਜੀ? ਇਹ 15,000। ਠੀਕ ਹੈ ਜੀ, ਅਤੇ ਭਾਅ ਜੀ ਜਿਹੜੇ ਲਹਿੰਗੇ ਦੇਖ ਰਹੇ ਹਾਂ ਆਪਾਂ ਸਾਰੇ ਤਕਰੀਬਨ ਦੇਖਣ ਨੂੰ ਕਾਫੀ ਹੈਵੀ ਹੈਵੀ ਲੱਗਦੇ ਨੇ, ਇਹਨਾਂ ਦਾ ਵੇਟ ਕੀ ਹੋਊਗਾ? ਅਪਰੋਕਸੀਮੇਟ ਵੇਟ ਇਹਨਾਂ ਦਾ ਹੋ ਜਾਂਦਾ 15-20 ਕਿਲੋ ਹੋ ਜਾਂਦਾ। 15-20 ਕਿਲੋ ਹੋ ਜਾਂਦਾ ਆ? ਹਾਂਜੀ। ਅਤੇ ਭਾਅ ਜੀ ਜੇ ਮੈਂ ਵਰਾਇਟੀ ਦੀ ਗੱਲ ਕਰਾਂ ਗਿਣਤੀ ਦੇ ਵਿੱਚ, ਅਤੇ ਲਹਿੰਗੇ ਦੀ ਗਿਣਤੀ ਦੇ ਵਿੱਚ ਤੁਹਾਡੇ ਕੋਲ ਕਿੰਨੀ ਕੁ ਵਰਾਇਟੀ ਹੋ ਸਕਦੀ ਹੈ? ਸਾਡੇ ਕੋਲ ਅਨਸਟਿਚ ਵੀ ਦੇਖਣਾ ਹੋਵੇ ਨਾ, ਸਾਡੇ 200 ਲਹਿੰਗਾ ਹਰ ਵੇਲੇ ਅਵੇਲੇਬਲ ਹੁੰਦਾ। 200 ਲਹਿੰਗਾ ਹਰ ਵੇਲੇ ਅਵੇਲੇਬਲ? ਹਰ ਵੇਲੇ 200-250 ਲਹਿੰਗਾ ਹਰ ਵੇਲੇ ਅਵੇਲੇਬਲ ਹੁੰਦਾ। ਅਤੇ ਇਹ ਤਾਂ ਭਾਅ ਜੀ ਲਹਿੰਗੇ ਹੋ ਗਏ ਜਿਹੜੇ ਆਪਾਂ ਹਿੰਦੂ ਜਾਂ ਸਿੱਖ ਵੈਡਿੰਗਸ ਦੇ ਵਿੱਚ ਯੂਜ਼ ਹੁੰਦੇ ਨੇ, ਹੈ ਨਾ? ਅਤੇ ਜਦੋਂ ਆਪਾਂ ਕ੍ਰਿਸਚਨਸ ਦੀ ਵੈਡਿੰਗ? ਹਾਂਜੀ, ਉਹ ਕ੍ਰਿਸਚਨ ਗਾਉਣ ਹੁੰਦਾ, ਉਹ ਜਲਦੀ ਕਿਸੇ ਨੂੰ ਅਵੇਲੇਬਲ ਨਹੀਂ ਹੁੰਦਾ ਸਾਡੇ ਕੋਲ, ਉਹ ਚ ਵੈਰਾਇਟੀ ਕਾਫੀ ਹੈਗੀ ਆ। ਠੀਕ ਹੈ ਜੀ, ਆਪਾਂ ਵਿਊਰਸ ਨੂੰ ਉਹ ਦਿਖਾਉਂਦੇ ਹਾਂ। ਹਾਂਜੀ, ਹੁਣ ਗਾਊਨ ਦਿਖਾਉਂਦੇ ਹਾਂ। ਠੀਕ ਹੈ ਜੀ, ਹਾਂਜੀ ਦੀਪਕ ਭਾਅ ਜੀ, ਹੁਣ ਆਪਾਂ ਆ ਗਏ ਹਾਂ ਜੀ ਗਾਊਨ 'ਤੇ, ਅਤੇ ਗਾਊਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਾਡੇ ਕਸਟਮਰਸ ਨੂੰ ਕੀ ਦਿਖਾਵਾਂਗੇ? ਠੀਕ ਆ, ਦੇਖੋ ਪੀਚ ਕਲਰ ਦਾ ਗਾਊਨ ਆ। ਠੀਕ ਹੈ ਜੀ, ਬਹੁਤ ਵਧੀਆ ਹੈ, ਇਹ ਵੀ ਤੁਹਾਨੂੰ ਅਸੀਂ ਰੈਂਟ 'ਤੇ ਅਵੇਲੇਬਲ ਕਰਾ ਦੂੰਗੇ। ਠੀਕ ਹੈ ਜੀ, ਮੈਂ ਥੋੜ੍ਹਾ ਦੂਰੋਂ ਹੋ ਕੇ ਦਿਖਾਉਣਾ, ਕਿਉਂਕਿ ਗਾਊਨ ਕਾਫੀ ਵੱਡਾ ਆ। ਹਾਂਜੀ ਹਾਂਜੀ, ਤੁਸੀਂ ਦੇਖ ਸਕਦੇ ਹੋ। ਅਤੇ ਭਾਅ ਜੀ ਇਹ ਕਲਰ ਪੀਚ ਕਲਰ ਆ ਨਾ? ਹਾਂਜੀ ਹਾਂਜੀ, ਠੀਕ ਹੈ ਜੀ, ਇਹ ਰੈਂਟ 'ਤੇ ਵੀ ਅਵੇਲੇਬਲ ਹੋ ਜਾਊਗਾ? ਰੈਂਟ 'ਤੇ ਵੀ। ਅਤੇ ਜੇਕਰ ਇਹਦੀ ਵੈਸੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਤਾਂ ਫਿਰ ਕੀ ਹੋਊਗੀ ਭਾਅ ਜੀ? ਇਹ 30,000। ਇਹ 30,000 ਇਸ ਦੀ ਪ੍ਰਾਈਸ ਹੈ ਜੀ? ਹਾਂਜੀ, ਠੀਕ ਹੈ ਜੀ। ਅਤੇ ਭਾਅ ਜੀ ਇਸ ਤੋਂ ਇਲਾਵਾ ਹੋਰ ਆਪਾਂ ਗਾਊਨ ਦੇ ਵਿੱਚ ਕੀ ਦਿਖਾਵਾਂਗੇ? ਹਾਂਜੀ, ਇਹ 'ਚ ਅਸੀਂ ਤੁਹਾਨੂੰ ਦੇ ਦੂੰਗੇ ਕ੍ਰਿਸਚਨ ਗਾਊਨ, ਜਿਹੜਾ ਜਲਦੀ ਅਵੇਲੇਬਲ ਨਹੀਂ ਹੁੰਦਾ ਕਿਸੇ ਨੂੰ। ਅਸੀਂ ਉਹ 'ਚ ਵੀ ਵਰਾਇਟੀ ਸਾਡੇ ਕੋਲ ਬਹੁਤ ਹੈਗੀ ਆ, ਇਸ ਵੇਲੇ ਤੁਹਾਨੂੰ ਇਸ ਵੇਲੇ ਇੱਕ ਪੀਸ ਦਿਖਾ ਰਹੇ ਅਸੀਂ, ਇਹ 'ਚ ਵਰਾਇਟੀ ਬਹੁਤ ਮਿਲ ਜਾਊਗੀ ਕ੍ਰਿਸਚਨ ਦੀ ਵੈਡਿੰਗ ਵਾਸਤੇ ਨਾ। ਜੀ ਜੀ, ਵਾਈਟ ਹੀ ਚੱਲਦਾ। ਠੀਕ ਹੈ ਜੀ,
ਤੇ ਭਾਜੀ ਜਿਹੜਾ ਆਪਾਂ ਕ੍ਰਿਸ਼ਨ ਗਾਊਨ ਦੇਖਿਆ ਸੀ ਇਹਦੀ ਭਾਜੀ ਵੈਸੇ ਮਾਰਕੀਟ ਪ੍ਰਾਈਸ ਕੀ ਹੋਊਗੀ? ਮਾਰਕੀਟ ਪ੍ਰਾਈਸ ਇਹ ਤਾਂ ਕਾਫੀ ਮਹਿੰਗਾ ਹੈਗਾ, ਮਤਲਬ ਕਿ 40 ਤੋਂ 45 ਹਜ਼ਾਰ ਦੀ ਰੇਂਜ ਸਟਾਰਟਿੰਗ ਹੁੰਦੇ ਇਹ ਚੀਜ਼ਾਂ, ਸਟਾਰਟਿੰਗ ਹੀ 40 ਤੋਂ 45 ਹਜ਼ਾਰ? ਹਾਂਜੀ, ਵਧੀਆ ਜੀ ਹੁੰਦੀ ਵੈਡਿੰਗ ਗਾਊਨ ਹੁੰਦੇ ਇਹ। ਠੀਕ ਹੈ ਜੀ, ਤੇ ਜੇਕਰ ਇਹ ਭਾਜੀ ਆਪਾਂ ਰੈਂਟ 'ਤੇ ਦੇਣਾ ਹੋਵੇ? ਰੈਂਟ ਜਿਹੜਾ ਹੁੰਦਾ ਜਿੱਦਾਂ ਜਿਹੜਾ ਆਪਣੇ ਕੋਲ ਕ੍ਰਿਸ਼ਨ ਗਾਊਨ ਹੈਗੇ 4,000 ਤੋਂ 5,000 ਤੋਂ ਸਟਾਰਟਿੰਗ ਹੋ ਜਾਂਦੇ ਆ। ਠੀਕ ਹੈ ਜੀ, ਉਹ ਜੋ ਰੇਂਜ ਕਾਫੀ ਉੱਪਰ ਚਲ ਜਾਂਦੀ ਹੈ। ਠੀਕ ਹੈ ਜੀ, ਅਤੇ ਭਾਅ ਜੀ ਜਿਹੜਾ ਆਪਾਂ ਹੁਣ ਇਸ ਤੋਂ ਬਾਅਦ ਜਿਹੜਾ ਕਲਰ ਦੇਖਿਆ ਸੀਗਾ, ਇਸ ਕਲਰ ਦੀ ਭਾਅ ਜੀ ਪ੍ਰਾਈਸ ਕੀ ਹੋਊਗੀ? ਇਹ ਤੁਹਾਨੂੰ 20,000 ਦਾ ਮਿਲ ਜਾਏਗਾ। ਇਹ 20,000 ਦਾ? ਹਾਂਜੀ। ਅਤੇ ਰੈਂਟ ਦੇ ਉੱਪਰ ਭਾਅ ਜੀ? ਰੈਂਟ ਦੇ ਉੱਪਰ 3 ਤੋਂ 4 ਹਜ਼ਾਰ। 3 ਤੋਂ 4 ਹਜ਼ਾਰ? ਠੀਕ ਹੈ ਜੀ। ਹਾਂਜੀ, ਅਤੇ ਅੱਗੇ ਭਾਅ ਜੀ ਹੁਣ ਕੀ ਦਿਖਾਵਾਂਗੇ ਆਪਾਂ ਜੀ? ਹੁਣ ਇਸ ਤੋਂ ਬਾਅਦ ਇੱਕ ਇਹ ਵੀ ਗਾਊਨ ਹੈਗਾ, ਬਹੁਤ ਸਮਾਨ ਪੀਸ ਹੈਗਾ। ਠੀਕ ਹੈ ਜੀ, ਪੂਰਾ ਫਲੱਫੀ ਹੈਗਾ। ਇਹ 40,000 ਦਾ ਗਾਊਨ ਹੈਗਾ। ਇਹ ਵੈਸੇ ਦੇਖਣ ਨੂੰ ਬਹੁਤ ਸੋਹਣਾ ਲੱਗ ਰਿਹਾ, ਬਹੁਤ ਅੱਛਾ ਪੀਸ ਹੈ, ਬਹੁਤ ਅੱਛਾ ਪੀਸ ਹੈ। ਤਾਂ ਜੇਕਰ ਮੇਰੇ ਨਾਲ ਮੇਰਾ ਕਿਤੇ ਕੈਮਰਾਮੈਨ ਜਾਂ ਮੇਰੇ ਨਾਲ ਕੋਈ ਕੁੜੀ ਆਈ ਹੁੰਦੀ, ਉਹਨੇ ਇੱਥੇ ਬਹਿ ਜਾਣਾ ਸੀਗਾ। ਹਾਂਜੀ, ਲੈ ਕੇ ਜਾਣਾ ਸੀ, ਲੈ ਕੇ ਜਾਣਾ ਸੀ ਕੁਛ ਨਾ ਕੁਛ। ਹਾਂਜੀ ਹਾਂਜੀ, ਬਿਲਕੁਲ ਜੀ, ਖਾਲੀ ਨਹੀਂ ਆਉਣਾ ਸੀ। ਬਿਲਕੁਲ ਜੀ, ਬਿਲਕੁਲ। ਅਤੇ ਇਹ ਭਾਅ ਜੀ ਕਲਰ ਕਿਹੜਾ ਹੈ ਜੀ? ਇਹ ਗ੍ਰੀਨ ਕਲਰ। ਇਹ ਗ੍ਰੀਨ ਕਲਰ ਹੈ ਜੀ? ਹਾਂਜੀ। ਅਤੇ ਹੋਰ ਭਾਅ ਜੀ ਇੱਕ ਆਹ ਪਿੰਕ ਕਲਰ ਟੰਗਿਆ ਹੋਇਆ ਨਾ ਜੀ? ਹਾਂਜੀ ਹਾਂਜੀ। ਅਤੇ ਇਸ ਕਲਰ ਨੂੰ ਭਾਅ ਜੀ ਉਹਦਾ ਪਿੰਕ ਕਹਿੰਦੇ ਆ ਕੁਛ ਹੋਰ ਕਹਿੰਦੇ ਨੇ? ਪਿੰਕ, ਪਿੰਕ, ਬੇਬੀ ਪਿੰਕ। ਬੇਬੀ ਪਿੰਕ ਨਾ? ਹਾਂਜੀ ਹਾਂਜੀ। ਠੀਕ ਹੈ ਜੀ, ਅਤੇ ਭਾਅ ਜੀ ਇਸ ਗਾਊਨ ਦੀ ਮਾਰਕੀਟ ਪ੍ਰਾਈਸ ਕੀ ਹੋਊਗੀ ਭਾਅ ਜੀ? ਇਹ ਮੇਰੀ ਮਾਰਕੀਟ ਪ੍ਰਾਈਸ ਹੈਗੀ 15,000। 15,000? ਹਾਂਜੀ। ਅਤੇ ਇਹ ਭਾਅ ਜੀ ਰੈਂਟ ਦੇ ਉੱਪਰ? 2,000 ਜੀ। 2,000? ਠੀਕ ਹੈ ਜੀ। ਅਤੇ ਜਿਹੜਾ ਆਪਾਂ ਗ੍ਰੀਨ ਕਲਰ ਭਾਅ ਜੀ ਦੇਖ ਕੇ ਹਟੇ ਹਾਂ ਉਹ ਜੀ? ਹਾਂਜੀ, ਉਹਦਾ ਤੁਹਾਨੂੰ ਲੱਗ ਜਾਏਗਾ 5 ਤੋਂ 7 ਹਜ਼ਾਰ ਦੀ ਰੇਂਜ, ਇੱਦਾਂ ਦੀ ਵਰਾਇਟੀ ਮਿਲ ਜਾਵੇਗੀ। ਠੀਕ ਹੈ ਜੀ, ਅਤੇ ਹੁਣ ਗਾਊਨ ਦੇ ਵਿੱਚ ਆਪਣੇ ਕੋਲ ਹੋਰ ਵਰਾਇਟੀਜ਼ ਹੈਗੀਆਂ ਨੇ ਭਾਅ ਜੀ? ਵਰਾਇਟੀ ਬਹੁਤ ਹੈਗੀ ਆ। ਹਾਂਜੀ, ਅਤੇ ਤੁਹਾਨੂੰ ਦੱਸਿਆ ਨਾ ਸਵੇਰੇ ਆ ਜਾਓ ਅਤੇ ਸ਼ਾਮ ਦਾ ਖੜੇ ਰਹੋਗੇ, ਸਾਡੇ ਕੋਲ ਵਰਾਇਟੀ ਨਹੀਂ ਖਤਮ ਹੋਣੀ। ਠੀਕ ਹੈ ਜੀ, ਇਸੇ ਤਰ੍ਹਾਂ ਸਾਡੇ ਕੋਲ ਲਹਿੰਗਿਆਂ 'ਚ ਵੀ ਇੱਦਾਂ ਹੀ ਆ, ਗਾਊਨ ਵਿੱਚ ਵੀ ਆ। ਬਿਲਕੁਲ ਜੀ, ਅਤੇ ਜਿੰਨੇ ਸਾਡੇ ਵਿਊਜ਼ ਦੇਖ ਰਹੇ ਨੇ ਨਾ, ਜੇਕਰ ਤੁਸੀਂ ਭਾਅ ਜੀ ਕੋਲੋਂ ਇਹ ਚੀਜ਼ਾਂ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਵਿੱਚੋਂ ਸਕਰੀਨਸ਼ਾਟ ਲੈ ਕੇ ਅਤੇ ਭਾਅ ਜੀ ਨੂੰ ਵਟਸਐਪ ਕਰ ਸਕਦੇ ਹੋ, ਨੰਬਰ ਸਕਰੀਨ ਦੇ ਵਿੱਚ ਵੀ ਹੈਗੇ ਨੇ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਦਿੱਤਾ ਹੋਇਆ, ਤੁਸੀਂ ਕਾਲ ਕਰ ਸਕਦੇ ਹੋ। ਅਤੇ ਹੁਣ ਭਾਅ ਜੀ ਆਪਾਂ ਗਾਊਨ ਦੇਖ ਲਏ, ਲਹਿੰਗੇ ਦੇਖ ਲਏ, ਚੂੜਾ ਦੇਖ ਲਿਆ। ਹਾਂਜੀ, ਆਪਾਂ ਦੁਲਹਨ ਤਾਂ ਤਿਆਰ ਕਰ ਲਈ। ਹਾਂਜੀ, ਅਗਲੀ ਵਾਰੀ ਆ ਗਈ ਸਾਡੇ ਲਾੜੇ ਦੀ। ਹਾਂਜੀ ਹਾਂਜੀ, ਅਤੇ ਹੁਣ ਆਪਾਂ ਲਾੜਾ ਤਿਆਰ ਕਰਨਾ ਭਾਅ ਜੀ। ਹਾਂਜੀ, ਤੁਹਾਨੂੰ ਸ਼ੇਰਵਾਨੀ ਵੱਲ ਲੈ ਕੇ ਚਲਦੇ ਹਾਂ। ਚਲੀਏ ਫਿਰ ਭਾਅ ਜੀ। ਹਾਂਜੀ ਹਾਂਜੀ, ਚਲੋ ਜੀ। ਅਤੇ ਭਾਅ ਜੀ ਹੁਣ ਆਪਾਂ ਆ ਗਏ ਹਾਂ ਜੀ ਸਾਡਾ ਲਾੜਾ ਤਿਆਰ ਕਰਨ 'ਤੇ। ਹਾਂਜੀ ਹਾਂਜੀ, ਅਤੇ ਲਾੜੇ ਦੇ ਵਿੱਚ ਆਪਾਂ ਕਿਹੜੀ ਕਿਹੜੀ ਚੀਜ਼ ਪਹਿਲਾਂ ਦਿਖਾਵਾਂਗੇ? ਸਾਡੇ ਕੋਲ ਸ਼ੇਰਵਾਨੀ ਮਿਲ ਜੂਗੀ। ਠੀਕ ਹੈ ਜੀ, ਸ਼ੇਰਵਾਨੀ ਆ ਦੇਖੋ, ਨਾਲ ਮਾਲਾ ਵਗੈਰਾ ਵੀ ਮਿਲ ਜੂਗੀ। ਮਾਲਾ ਅਸੀਂ ਜੇ ਜਿਹੜਾ ਕੁਛ ਰੈਂਟ 'ਤੇ ਲੈਂਦਾ ਆ, ਬਿਲਕੁਲ, ਹਾਂਜੀ, ਉਹਨੂੰ ਮਾਲਾ ਵਗੈਰਾ ਅਸੀਂ ਫ੍ਰੀ ਦਿੰਦੇ ਨਾਲ ਹੀ। ਬਿਲਕੁਲ ਜੀ, ਅਤੇ ਇਹ ਭਾਅ ਜੀ ਇਹ ਕਲਰ ਕਿਹੜਾ ਹੈ ਜੀ? ਮੈਰੂਨ ਵਾਈਨ ਕਲਰ ਕਹਿੰਦੇ, ਡਾਰਕ ਮੈਰੂਨ ਵਾਈਨ ਕਲਰ ਆ ਜਾਂਦਾ। ਵਾਈਨ ਕਲਰ ਆ ਜੀ। ਅਤੇ ਭਾਅ ਜੀ ਮੇਰੀ ਮਾਰਕੀਟ ਪ੍ਰਾਈਸ ਇਸ ਸ਼ੇਰਵਾਨੀ ਦੀ ਕੀ ਹੋਊਗੀ? 25,000। 25,000? ਅਤੇ ਜੇਕਰ ਇਸਨੂੰ ਕੋਈ ਰੈਂਟ 'ਤੇ ਲਿਜਾਣਾ ਚਾਹੁੰਦਾ ਹੈ ਤਾਂ? ਇਹ 6 ਤੋਂ 7 ਹਜ਼ਾਰ। 6 ਤੋਂ 7 ਹਜ਼ਾਰ ਪਰ ਡੇ? ਠੀਕ ਹੈ ਜੀ, ਅਤੇ ਇਸ ਤੋਂ ਅੱਗੇ ਇੱਕ ਭਾਅ ਜੀ ਬਹੁਤ ਪਿਆਰਾ ਕਲਰ ਲੱਗਿਆ ਹੋਇਆ। ਹਾਂਜੀ, ਗੋਲਡਨ ਰੈੱਡ। ਗੋਲਡਨ ਰੈੱਡ ਕਲਰ ਨੇ ਜੀ। ਅਤੇ ਭਾਅ ਜੀ ਇਸ ਸ਼ੇਰਵਾਨੀ ਦੀ ਮਾਰਕੀਟ ਪ੍ਰਾਈਸ ਕੀ ਹੋ ਸਕਦੀ ਆ? ਇਹਦੀ ਹੈਗੀ 20,000। 20,000? ਹਾਂਜੀ, ਅਤੇ ਜੇਕਰ ਇਸਨੂੰ ਰੈਂਟ 'ਤੇ ਲਿਜਾਂਦੇ ਹਾਂ? 5,000। 5,000? ਅਤੇ ਜੇਕਰ ਮੈਂ ਇਹਨੂੰ ਨਾ ਇਹ ਥੋੜ੍ਹਾ ਕਲੋਜ਼ ਤੋਂ ਦਿਖਾਵਾਂ? ਹਾਂਜੀ, ਤਾਂ ਬਹੁਤ ਸੋਹਣਾ ਇਹਦੇ ਉੱਪਰ ਵਰਕ ਕੀਤਾ ਹੋਇਆ ਨਾ, ਤਾਂ ਪੂਰਾ ਥਰੈਡ ਵਰਕ ਹੋਇਆ ਹੋਇਆ, ਤੁਸੀਂ ਦੇਖ ਸਕਦੇ। ਇਹ ਚੀਜ਼ਾਂ ਪਹਿਲੇ ਰਾਜੇ ਮਹਾਰਾਜੇ ਪਾਉਂਦੇ ਹੁੰਦੇ ਸੀਗੇ, ਹੁਣ ਅੱਜ ਕੱਲ੍ਹ ਦੁੱਲੇ ਪਾ ਕੇ ਉਹੀ ਰਾਜਾ ਮਹਾਰਾਜੇ ਫੀਲਿੰਗ ਆਉਂਦੀ, ਫੀਲਿੰਗ ਲੈ ਸਕਦੇ। ਹਾਂਜੀ ਹਾਂਜੀ, ਪੂਰੀ ਫੀਲਿੰਗ ਆਉਂਦੀ। ਠੀਕ ਹੈ ਜੀ, ਅਤੇ ਅਗਲਾ ਕਲਰ ਭਾਅ ਜੀ ਇਹ ਆ ਗਿਆ ਜੀ? ਹਾਂਜੀ ਹਾਂਜੀ ਹਾਂਜੀ, ਡਾਰਕ ਗੋਲਡਨ। ਠੀਕ ਹੈ ਜੀ, ਇਹ ਵੀ ਬਹੁਤ ਅੱਛਾ ਕਲਰ ਹੈਗਾ, ਬਹੁਤ ਚੱਲਦਾ, ਰੈੱਡ ਨਾਲ ਮੈਚਿੰਗ ਹੈਗਾ ਆ, ਸਟੋਨ ਵਰਕ ਵਗੈਰਾ ਸਾਰਾ ਹੋਇਆ ਇਹ 'ਚ, ਅਤੇ ਮੈਚਿੰਗ ਹੁੰਦਾ ਜਿੱਦਾਂ ਦੁਲਹਨ ਲਹਿੰਗਾ ਲੈਂਦੇ ਰੈੱਡ ਕਲਰ ਵਗੈਰਾ ਗੋਲਡਨ ਮੈਚਿੰਗ, ਉਹਦੇ ਨਾਲ ਮੈਚਿੰਗ ਹੋ ਜਾਂਦਾ। ਠੀਕ ਹੈ ਜੀ, ਇਹ ਜਿੰਨੇ ਵੀ ਹੈਗੇ ਮੈਚਿੰਗ ਚੱਲਦੇ ਆ ਅੱਜ ਕੱਲ੍ਹ, ਬਹੁਤ ਟ੍ਰੈਂਡ ਹੈਗਾ। ਬਿਲਕੁਲ ਜੀ, ਅਤੇ ਭਾਅ ਜੀ ਇਸ ਤੋਂ ਅਗਲਾ ਕਲਰ ਹੈਗਾ ਜੀ ਬਲੂ। ਬਿਲਕੁਲ ਜੀ, ਅਤੇ ਇਸ ਕਲਰ ਦਾ ਭਾਅ ਜੀ ਇਹ ਬਲੂ ਕਲਰ ਹੀ ਹੈ ਜਾਂ ਇਸਨੂੰ ਕੁਛ ਹੋਰ ਕਹਿੰਦੇ ਆ ਤੁਸੀਂ? ਨਹੀਂ, ਰੋਇਲ ਬਲੂ ਕਲਰ ਆ। ਹਾਂਜੀ, ਇਹ 'ਚ ਕਲਰ ਜਿੱਦਾਂ ਤੁਹਾਡੇ ਵਿੱਚ ਵੀ ਬਹੁਤ ਕਲਰ ਹੈਗੇ ਆ। ਠੀਕ, ਇੰਡੋ ਵੈਸਟਰਨ ਪਾਰਟੀ ਵੇਅਰ 'ਚ ਵੀ ਹੈਗੇ ਆ ਸਾਡੇ ਕੋਲ, ਬ੍ਰਾਈਡਲ 'ਚ ਵੀ ਹੈਗੇ ਆ, ਕਲਰ ਬਹੁਤ ਹੈਗੇ ਸਾਡੇ 'ਚ, 8-10 ਕਲਰ ਹੈਗੇ ਆ। ਠੀਕ ਹੈ ਜੀ, ਹਾਂਜੀ, ਅਤੇ ਇਸ ਜਿਹੜਾ ਆਪਾਂ ਹੁਣ ਆਹ ਦੇਖ ਕੇ ਹਟੇ ਸੀ ਨਾ ਭਾਅ ਜੀ, ਇਹ ਵਾਲੀ ਸੈਕਿੰਡ ਲਾਸਟ ਸਾਡੀ ਸ਼ੇਰਵਾਨੀ, ਇਸ ਦੀ ਭਾਅ ਜੀ ਮਾਰਕੀਟ ਪ੍ਰਾਈਸ ਕੀ ਹੋਊਗੀ? ਮਾਰਕੀਟ ਪ੍ਰਾਈਸ ਇਹਦੀ 18,000। 18,000? ਹਾਂਜੀ, ਅਤੇ ਜੇਕਰ ਕੋਈ ਤੁਹਾਡੇ ਕੋਲ ਰੈਂਟ 'ਤੇ ਲਿਜਾਣੀ ਚਾਹੁੰਦਾ? 4,000। 4,000? ਅਤੇ ਜਿਹੜਾ ਆਪਾਂ ਬਲੂ ਕਲਰ ਕਹਿ ਰਹੇ ਭਾਅ ਜੀ, ਇਸ ਦੀ ਮਾਰਕੀਟ ਪ੍ਰਾਈਸ ਕੀ ਹੋ ਸਕਦੀ ਹੈ? ਮਾਰਕੀਟ ਪ੍ਰਾਈਸ 15,000। ਠੀਕ ਹੈ ਜੀ, ਇਹਦੀ ਉੱਦਾਂ ਰੈਂਟ 'ਤੇ 2,000। ਰੈਂਟ 'ਤੇ 2,000? ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਭਾਅ ਜੀ ਹੋਰ ਆਪਾਂ ਸ਼ੇਰਵਾਨੀ ਦੇ ਵਿੱਚ? ਹਰ ਕੋਈ ਸ਼ੇਰਵਾਨੀ ਦੇਖੋ, ਵਰਾਇਟੀ ਬਹੁਤ, ਵਾਈਟ ਕਲਰ ਬਹੁਤ ਚੱਲਿਆ ਇਸ ਵੇਲੇ, ਵਾਈਟ ਦਾ ਬਹੁਤ ਟ੍ਰੈਂਡ ਹੈਗਾ ਇਸ ਵੇਲੇ, ਵਾਈਟ ਵਿੱਚ ਵਰਾਇਟੀ ਬਹੁਤ ਹੈਗੀ,
ਘੱਟੋ ਘੱਟ ਹਾਫ ਪ੍ਰਾਈਸ ਤੇ ਮਿਲੂਗੀ। ਬਿਲਕੁਲ ਜੀ। ਤੇ ਇਹ ਤੁਸੀਂ ਹੁਸ਼ਿਆਰਪੁਰ ਦੀ ਗੱਲ ਕਰਦੇ ਕਿ ਇਹ ਸਭ ਤੋਂ ਘੱਟ ਪ੍ਰਾਈਸ ਦਊਂਗੇ ਜਾਂ ਪੰਜਾਬ ਦੀ ਗੱਲ ਕਰਦੇ? ਪੰਜਾਬ, ਪੰਜਾਬ ਦੇ ਵਿੱਚ ਅਸੀਂ ਕੋਈ ਵੀ ਡਿਜ਼ਾਇਨ ਹੋਵੇ ਕਿਸੇ ਤਰ੍ਹਾਂ ਦਾ ਵੀ ਹੋਵੇ ਬਣਵਾ ਵੀ ਦਊਂਗੇ ਅਸੀਂ। ਠੀਕ ਹੈ ਜੀ। ਕੋਈ ਵੀ ਕਲਰ ਹੋਵੇ ਕਿਸੇ ਵੀ ਡਿਜ਼ਾਇਨ 'ਚ ਸਾਰੇ ਕਲਰ ਮਿਲੂਗੇ। ਠੀਕ ਹੈ ਜੀ। ਹਾਂਜੀ। ਤੇ ਅਗਲਾ ਡਿਜ਼ਾਇਨ ਭਾਅ ਜੀ ਆਹ ਆ ਜਾਂਦਾ ਹੈ ਜੀ। ਹਾਂਜੀ, ਗੋਲਡਨ ਮਹਿਰੂਨ, ਗੋਲਡਨ ਨਾਲ ਮਹਿਰੂਨ ਟੱਚ ਦਿੱਤਾ। ਤੇ ਇਹਨਾਂ ਦੇ ਨਾਲ ਭਾਅ ਜੀ ਲੋਅਰ ਦੇ ਵਿੱਚ ਕੀ ਪਾਇਆ ਜਾਂਦਾ ਜੀ ਇਹਨਾਂ ਦੇ ਨਾਲ? ਨਾਲ ਹੈਰਮ ਹੁੰਦੀ ਆ, ਨਾਲ ਪੈਂਟ ਹੁੰਦੀ ਆ। ਠੀਕ ਹੈ ਜੀ। ਤੇ ਪਜਾਮੀ ਵੀ ਹੁੰਦੀ ਆ। ਜੇਕਰ ਕੋਈ ਰੈਂਟ ਤੇ ਲੈ ਕੇ ਜਾਂਦਾ ਤਾਂ ਉਹ ਵੀ ਨਾਲ ਹੁੰਦੀ? ਨਾਲ ਨਾਲ ਪੂਰਾ ਸੈੱਟ ਦੇਦਾ ਸੀ। ਠੀਕ, ਕੰਪਲੀਟ ਸੈੱਟ ਹੁੰਦਾ ਜੀ? ਕੰਪਲੀਟ ਸੈੱਟ ਹੁੰਦਾ ਜੀ। ਨਾਲ ਤਲਵਾਰ ਵਗੈਰਾ ਵੀ ਹੁੰਦੀ ਆ? ਠੀਕ ਹੈ ਜੀ। ਉਹ ਵੀ ਦਿੰਦੇ, ਹਾਰ ਦਿੰਦੇ ਅਸੀਂ, ਪੂਰਾ ਸੈੱਟ ਦਿੰਦੇ ਆ। ਓਕੇ ਜੀ। ਟੋਪੀ ਵੀ, ਕੈਪ ਜਿਹਨੂੰ ਕਹਿੰਦੇ, ਜਿਹੜੀ ਪਗੜੀ ਕਹਿ ਦਿੰਦੇ ਆ, ਪਗੜੀ ਕਹਿ ਦਿੰਦੇ ਅਸੀਂ। ਹਾਂਜੀ ਹਾਂਜੀ, ਉਹ ਵੀ ਹੁੰਦੀ ਆ, ਉਹ ਵੀ ਨਾਲ ਮੈਚਿੰਗ ਪੂਰਾ ਕਰਕੇ ਦਿੰਦੇ ਆ। ਠੀਕ ਹੈ। ਹੁਣ ਇੱਕ ਆ ਪੀਚ ਕਲਰ ਬਹੁਤ ਚੱਲ ਰਿਹਾ ਇਸੇ, ਦੇਖੋ। ਬਿਲਕੁਲ ਜੀ। ਇਸ ਕਲਰ ਦੀ ਜਾਂ ਇਸ ਸ਼ੇਰਵਾਨੀ ਦੀ ਭਾਅ ਜੀ ਕੀ ਪ੍ਰਾਈਸ ਹੋਊਗੀ? ਇਹ 20 ਤੋਂ 25 ਹਜ਼ਾਰ ਦੀ ਰੇਂਜ ਆ ਜਾਂਦੀ ਹੈ। ਜਿੰਨੀ ਵੀ ਸ਼ੇਰਵਾਨੀ ਹੈਗੀਆਂ ਐਲ ਜਿਹੜੀ ਤੁਹਾਡੇ ਸਾਹਮਣੇ ਪਈਆਂ, 20 ਤੋਂ 25 ਹਜ਼ਾਰ ਹੈਗੀਆਂ ਸਭ ਤੋਂ, ਸਭ 20 ਤੋਂ 25 ਹਜ਼ਾਰ ਦੇ ਵਿੱਚ ਨੇ? ਹਾਂਜੀ, ਜਿਹੜੇ ਆਹ ਪੀਸ ਪਏ ਹੋਏ ਆ। ਠੀਕ ਹੈ ਜੀ। ਮਤਲਬ ਇਸ ਤੋਂ ਉੱਪਰ ਹੀ ਮਿਲ ਜੂਗੇ ਜੇ ਕਿਸੇ ਨੇ ਆਪਣੀ ਲੈਣੀ ਵੀ ਹੋਵੇ। ਸਾਡੇ ਕੋਲ 5000 ਤੋਂ ਸਟਾਰਟਿੰਗ ਹੁੰਦੀਆਂ ਆਪਣੀ ਲੈਣੀ ਹੋਵੇ। ਤੇ ਜਿਵੇਂ ਆਪਾਂ ਗੱਲ ਕਰਦੇ ਹਾਂ ਚੂੜਿਆਂ ਦੀ, ਹਾਂਜੀ ਹਾਂਜੀ, ਚੂੜਿਆਂ ਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਜੇ ਕੋਈ 6 ਸਾਲ ਪਹਿਲਾਂ ਵੀ ਕਿਸੇ ਨੇ ਪਾਇਆ ਹੋਵੇ, ਹਾਂਜੀ ਹਾਂਜੀ, ਉਹ ਦਿਖਾ ਕੇ ਲੈ ਸਕਦਾ। ਹਾਂਜੀ, ਸ਼ੇਰਵਾਨੀਆਂ ਦੇ ਵਿੱਚ ਵੀ ਇੱਦਾਂ ਹੀ ਹੈ? ਹਾਂਜੀ ਹਾਂਜੀ, ਤੁਸੀਂ ਇੱਕ ਨਜ਼ਰ ਮਾਰੋ ਕਿੰਨੀ ਸ਼ੇਰਵਾਨੀ ਪਈ ਹੋਈ ਆ। ਬਿਲਕੁਲ ਜੀ, ਜਿੰਨੇ ਹੁਸ਼ਿਆਰਪੁਰ ਸਾਰੇ ਕੋਲ ਪਈ ਹੋਊ, ਮੇਰੇ ਕੋਲ ਇਕੱਲੇ ਕੋਈ ਨਹੀਂ ਪਈ ਹੋਊਗੀ। ਠੀਕ ਹੈ ਜੀ। ਇਹ ਤੁਹਾਡਾ ਭਾਅ ਜੀ ਕਿੰਨੇ ਕੁ ਸਾਲ ਪੁਰਾਣਾ ਕੰਮ ਹੋਊਗਾ? ਸਾਡਾ ਤਾਂ ਉਦਾਂ ਕੰਮ ਕਰਦੇ ਨੂੰ ਕਾਫੀ ਟਾਈਮ ਹੋ ਗਿਆ, 20 ਸਾਲ ਹੋ ਗਏ ਆ। ਇਹ ਸ਼ੋਰੂਮ ਖੋਲ੍ਹਣ ਨੂੰ ਮੈਨੂੰ ਹੋ ਗਏ 11 ਸਾਲ। 11 ਸਾਲ? ਹਾਂਜੀ। ਇਹ 11 ਸਾਲ ਦਾ ਇਕੱਠਾ ਕੀਤਾ ਹੋਇਆ ਇਹ ਤੁਹਾਡੇ ਕੋਲ ਸੋਨਾ ਹੈ ਸਾਰਾ? ਹਾਂਜੀ ਹਾਂਜੀ, ਬਿਲਕੁਲ ਜੀ। ਅਤੇ ਅਗਲਾ ਕਲਰ ਆਉਂਦੇ ਆ ਭਾਅ ਜੀ, ਇਹ ਕਿਹੜਾ ਕਲਰ ਆ ਜੀ? ਇਹ ਗੋਲਡਨ ਕਲਰ, ਗੋਲਡਨ ਨਾਲ ਪੀਚ ਮੈਚਿੰਗ। ਠੀਕ ਹੈ ਜੀ। ਪੀਚ ਵਰਕ ਕੀਤਾ? ਬਿਲਕੁਲ ਜੀ। ਅਤੇ ਇਸ ਸ਼ੇਰਵਾਨ ਇਹ ਵੀ 20 ਤੋਂ 25 ਹਜ਼ਾਰ ਦੇ ਵਿੱਚ? ਹਾਂਜੀ ਹਾਂਜੀ। ਠੀਕ ਹੈ ਜੀ। ਜਿੱਦਾਂ ਤੁਸੀਂ ਨੀਚੇ ਦੇਖਿਆ, ਤੁਸੀਂ ਕਹਿ ਰਹੇ ਸੀ ਲਹਿੰਗਾ ਬਹੁਤ ਅੱਛਾ ਲੱਗ ਰਿਹਾ। ਹਾਂਜੀ ਹਾਂਜੀ, ਉਹਦੇ ਨਾਲ ਮੈਚਿੰਗ ਕਰਦਾ? ਅੱਛਾ, ਉਹਦੇ ਨਾਲ ਮੈਚਿੰਗ ਹੈ ਜੀ? ਮੈਚਿੰਗ ਮੈਚਿੰਗ ਪੂਰਾ ਹੈ। ਠੀਕ ਹੈ ਜੀ। ਦੂਲਾ ਕਹਿੰਦੀ ਦੂਲਾ ਵੀ ਮੇਰੇ ਨਾਲ ਮੈਚਿੰਗ ਪੂਰਾ ਪਵੇ। ਠੀਕ ਹੈ ਜੀ। ਤੇ ਉਹ ਇਦਾਂ ਹੁੰਦਾ। ਠੀਕ ਹੈ ਜੀ। ਆਪਾਂ ਕਪਲ ਪੂਰਾ ਤਿਆਰ ਕਰਕੇ, ਕਪਲ ਪੂਰਾ ਪਰਫੈਕਟ ਤਿਆਰ ਹੋਏਗਾ। ਠੀਕ ਹੈ ਜੀ। ਹਾਂਜੀ। ਤੇ ਹੁਣ ਲਾਸਟ ਇੱਕ ਆਪਣੇ ਕੋਲ ਕਲਰ ਪਿਆ ਹੋਇਆ ਵਾਈਟ, ਵਾਈਟ ਵਾਈਟ ਪਲੱਸ ਨਾਲ ਗੋਲਡਨ ਮੈਚਿੰਗ। ਠੀਕ ਹੈ ਜੀ। ਤੇ ਇਹ ਵੀ ਭਾਅ ਜੀ 20 ਤੋਂ 25 ਹਜ਼ਾਰ ਦੇ ਵਿੱਚ? ਹਾਂਜੀ ਹਾਂਜੀ। ਠੀਕ ਹੈ ਜੀ। ਤੇ ਜੇਕਰ ਇਹ ਵੀ ਰੈਂਟ ਤੇ ਲਿਜਾਣੀ ਹੋਵੇ? ਹਾਂਜੀ, 5000 ਕੋਈ 6000 ਦੇ ਅਲੱਗ ਅਲੱਗ ਪ੍ਰਾਈਸ ਹੈਗੇ। ਠੀਕ ਹੈ ਜੀ। ਹਾਂਜੀ। ਤੇ ਭਾਅ ਜੀ ਇਸ ਤੋਂ ਇਲਾਵਾ ਹੁਣ ਆਪਾਂ ਦੁੱਲਾ ਤਿਆਰ ਕਰ ਦਿੱਤਾ ਹੋਇਆ, ਅਗਲੀ ਗੱਲ ਆਉਂਦੀ ਹੈ ਤੁਹਾਡੇ ਕੋਲ ਇਹ ਤੁਸੀਂ ਕਹਿ ਰਹੇ ਸੀ ਤੁਹਾਡੇ ਕੋਲ ਤਲਵਾਰਾਂ ਵੀ ਹੈਗੀਆਂ ਨੇ? ਤਲਵਾਰਾਂ ਵੀ? ਹਾਂਜੀ ਹਾਂਜੀ, ਆਪਾਂ ਉਹ ਵੀ ਦਿਖਾ ਦਿੰਦੇ ਹਾਂ ਸਾਡੇ ਕਸਟਮਰਸ ਨੂੰ। ਬਿਲਕੁਲ ਜੀ। ਇੱਕ ਵਾਰ ਤੁਹਾਨੂੰ ਇਹ ਵੀ ਦਿਖਾਉਂਗੇ ਕਿ ਸਾਡੇ ਕੋਲ ਜਿੱਦਾਂ ਤੁਹਾਨੂੰ ਦਿਖਾਇਆ ਨਾ ਰਾਨੀ ਕਲਰ ਵਗੈਰਾ, ਇਹ 'ਚ ਵੀ ਸਾਡੇ ਕੋਲ ਕਲਰ ਅਵੇਲੇਬਲ ਹੁੰਦੇ ਆ। ਤੁਸੀਂ ਜਿਹੜਾ ਮਰਜ਼ੀ, ਇਹ ਰਹੇਗਾ ਰਾਨੀ ਕਲਰ। ਠੀਕ ਹੈ ਜੀ। ਇਹ 'ਚ ਵੀ ਕਲਰ ਕਿਸੇ ਤਰ੍ਹਾਂ ਕਲਰ ਕਹੋਗੇ ਉਹ ਵੀ ਤਿਆਰ ਕਰਾ ਦੂੰਗੇ ਅਸੀਂ। ਅੱਛਾ, ਕਰਵਾ ਸਕਦੇ ਹਾਂ? ਹਾਂਜੀ ਬਿਲਕੁਲ ਜੀ। ਅਤੇ ਭਾਅ ਜੀ ਇਸ ਦੀ ਪ੍ਰਾਈਸ ਕੀ ਹੋਊਗੀ? ਕਿਰਿਆ ਦੀ, ਇੰਡੋ ਵੈਸਟਰਨ ਦੀ? ਹਾਂਜੀ, ਇਹ ਇੰਡੋ ਵੈਸਟਰਨ ਦੀ ਸ਼ੋਰਟ ਹੁੰਦੀ, ਸ਼ੋਰ ਸ਼ੇਰਵਾਨੀ। ਠੀਕ ਹੈ ਜੀ। ਜਿੱਦਾਂ ਤੁਸੀਂ ਦੇਖੀ ਨਾ ਲੌਂਗ ਆ। ਹਾਂਜੀ, ਉਹ ਸ਼ੋਰਟ ਆ, ਇਹਨਾਂ ਪੈਂਟ ਹੁੰਦੀ ਨਾਲ, ਇਸ ਦੇ ਨਾਲ ਪੈਂਟ, ਜਿੱਦਾਂ ਪੈਂਟ ਕਰੀਜ਼ ਵਾਲੀ ਪੈਂਟ ਜਿਹਨੂੰ ਕਹਿ ਦਿੰਦੇ ਆਪਾਂ, ਨਹੀਂ ਇੱਕ ਤਾਂ ਹੁੰਦੀ ਆ ਹੈਰਮ ਟਾਈਪ ਹੁੰਦੀ ਆ, ਇੱਕ ਨੋਰਮਲ ਪੈਂਟ ਹੁੰਦੀ ਆ। ਠੀਕ ਹੈ ਜੀ। ਦੋਨੇ ਪੈ ਜਾਂਦੀ ਆ? ਓਕੇ ਜੀ। ਹਾਂਜੀ। ਤੇ ਇਹ ਤੁਹਾਨੂੰ ਕੰਪਲੀਟ ਕਿੰਨੇ ਕੁ ਦਾ ਪੈ ਜਾਂਦਾ ਜੀ? ਇਹ 20000 ਦਾ। ਇਹ 20000 ਦਾ? ਹਾਂਜੀ। ਤੇ ਜੇਕਰ ਕਿਸੇ ਨੇ ਰੈਂਟ ਤੇ ਲੈਣਾ ਹੋਵੇ? 6000। 6000? ਹਾਂਜੀ। ਠੀਕ ਹੈ ਜੀ। ਇਸ ਦੇ ਵਿੱਚ ਤੁਹਾਡੇ ਕੋਲ ਹੋਰ ਵੀ ਵੈਰਾਈਟੀਜ਼ ਪਈਆਂ ਹੋਈਆਂ ਨੇ? ਹਾਂਜੀ ਹਾਂਜੀ, ਇਹ 'ਚ ਵੀ ਵਰਾਇਟੀ ਬਹੁਤ ਆ, ਜਿਹਦਾ ਉਹ 'ਚ ਇਹ 'ਚ ਵੀ ਬਹੁਤ ਵਰਾਇਟੀ ਹੈਗੀ ਆ। ਠੀਕ ਹੈ ਜੀ। ਕਲਰ ਅਵੇਲੇਬਲ ਸਾਰੇ ਹੈਗੇ, ਵਾਈਟ ਵਗੈਰਾ ਹਰ ਤਰ੍ਹਾਂ, ਬਲੈਕ ਹਰ ਕਲਰ ਹੈਗੇ, 15 ਤੋਂ 20 ਕਲਰ ਹੈਗੇ ਆ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਜੇਕਰ ਮੈਂ ਤੁਹਾਡੀ ਗੱਲ ਕਰਾਂ, ਤੁਸੀਂ ਹੁਸ਼ਿਆਰਪੁਰ ਦੇ ਵਿੱਚ ਲਹਿੰਗਿਆਂ ਦੇ ਜਾਂ ਸ਼ੇਰਵਾਨੀਆਂ ਦੇ ਚੂੜਿਆਂ ਦੇ ਤੁਸੀਂ ਆਲਾਦੀਨ ਆ ਤੁਸੀਂ, ਹੈ ਨਾ? ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਭਾਅ ਜੀ ਤਲਵਾਰਾਂ 'ਤੇ। ਹਾਂਜੀ ਹਾਂਜੀ। ਤਲਵਾਰਾਂ ਜਿੱਦਾਂ ਮਰਜ਼ੀ ਆ, ਦੇਖੋ ਕਿੰਨੇ ਤਰ੍ਹਾਂ ਦੀਆਂ, ਸਟੋਨ ਵਰਕ ਹੋਏਗਾ, ਨਕਸ਼ੀ ਦਾ ਵਰਕ ਕੀਤਾ, ਕੁੰਦਨ ਵਰਕ ਹੋਏਗਾ, ਸਾਰੇ ਮਿਲ ਜੂਗੇ ਤੁਹਾਨੂੰ। ਅਤੇ ਤੁਸੀਂ ਰੈਂਟ 'ਤੇ ਦਿੰਦੇ ਹੋ ਨਾ? ਰੈਂਟ 'ਤੇ ਨਾ? ਠੀਕ ਹੈ ਜੀ। ਅਤੇ ਇਹਨਾਂ ਦਾ ਭਾਅ ਜੀ ਰੈਂਟ ਕੀ ਹੋਊਗਾ? ਰੈਂਟ ਸਟਾਰਟਿੰਗ ਹੋ ਜਾਂਦਾ 300, 400, 500, 1000, 1500, 2000 ਤੱਕ ਤੁਹਾਨੂੰ ਤਲਵਾਰਾਂ ਰੈਂਟ 'ਤੇ ਮਿਲੂਗੇ। ਠੀਕ ਹੈ ਜੀ। ਅਲੱਗ ਅਲੱਗ ਤਰ੍ਹਾਂ ਦੀਆਂ? ਓਕੇ ਜੀ। ਹਾਂਜੀ ਹਾਂਜੀ। ਅਤੇ ਹੁਣ ਭਾਅ ਜੀ ਸਾਡਾ ਲਾੜਾ ਵੀ ਤਿਆਰ ਹੋ ਗਿਆ, ਲਾੜੀ ਵੀ ਤਿਆਰ ਹੋ ਗਈ। ਹਾਂਜੀ ਹਾਂਜੀ। ਹੁਣ ਅਗਲੀ ਗੱਲ ਆ ਗਈ ਵਿਆਹ ਦੀਆਂ ਰਸਮਾਂ ਦੀ। ਹਾਂਜੀ ਹਾਂਜੀ। ਅਤੇ ਰਸਮਾਂ ਦੇ ਰਿਲੇਟਡ ਮੈਨੂੰ ਲੱਗਦਾ ਇੱਥੇ ਕਾਫੀ ਸਮਾਨ ਪਿਆ ਹੋਇਆ ਤੁਹਾਡੇ ਕੋਲ। ਹਾਂਜੀ ਦੀਪਕ ਭਾਅ ਜੀ, ਹੁਣ ਸਾਡੇ ਸਾਹਮਣੇ ਬਹੁਤ ਸਾਰੇ ਸਿਹਰੇ ਪਏ ਹੋਏ ਨੇ ਭਾਅ ਜੀ। ਹਾਂਜੀ ਹਾਂਜੀ। ਅਤੇ ਹੁਣ ਸਾਡੇ ਵਿਊਜ਼ ਨੂੰ ਇਹਨਾਂ ਬਾਰੇ ਨਾ ਜਾਣਕਾਰੀ ਦਈਓ ਕਿ ਇਹ ਵਾਲਾ ਸਿਹਰਾ ਭਾਅ ਜੀ
ਅੱਛਾ ਇਹ ਉਹ ਵਾਲੇ ਸਿਹਰੇ ਨੇ ਜਿਹੜੇ ਹਿੰਦੂ ਵੈਡਿੰਗਸ ਦੇ ਵਿੱਚ ਯੂਜ਼ ਹੁੰਦੇ ਨੇ ਹਨਾ ਹਿੰਦੂ ਵੀ ਸਿੱਖ ਵੀ ਪਾਉਂਦੇ ਆ ਪਰ ਅੱਜ ਕੱਲ੍ਹ ਵੈਸੇ ਮੇਨ ਸਿੱਖ ਕਲੀਆਂ ਲਗਾ ਲੈਂਦੇ ਆ ਮੇਨ ਠੀਕ ਆ ਜੀ ਅਤੇ ਜਿਵੇਂ ਆਪਾਂ ਆਹ ਦੇਖ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਇਹ ਵੀ ਕਾਫੀ ਮਿਹਨਤ ਦਾ ਕੰਮ ਹੈ ਇਹਨਾਂ ਨੂੰ ਹਾਂਜੀ ਇੱਕ ਚੀਜ਼ ਸਾਡੇ ਕੋਲ ਮਿਲੇਗੀ ਸਾਨੂੰ ਹੋਰ ਕਿਤੇ ਦੇਖਣ ਨੂੰ ਮਿਲੂਗੀ ਠੀਕ ਆ ਜੀ ਇੱਕ ਆਹ ਹੁੰਦਾ ਛੋਟ ਸਿਹਰਾ ਬਸ ਹੀ ਬਣਵਾਈ ਦਾ ਅਤੇ ਤੁਹਾਨੂੰ ਦੇਖਣ ਨੂੰ ਨਹੀਂ ਕਿਤੇ ਮਿਲੇਗਾ ਮਿਲੇਗੀ ਰੈਡ ਮੈਰੂਨ ਰਾਨੀ ਮੇਨ ਤਿੰਨ ਕਲਰ ਚਲਦੇ ਬਾਕੀ ਹੋਰ ਕਲਰ ਵੀ ਚਾਹੀਦਾ ਹੋਊਗਾ ਉਹ ਕੁਛ ਜ਼ਿਆਦਾ ਵੀ ਜਿੱਦਾਂ ਹੁਣ ਇੰਜੜੀਆਂ ਦੇਖ ਲੋ ਇੰਜੜੀ ਆਹ ਨੋਰਮਲ ਇੰਜੜੀ ਆ ਇਹ ਤੁਹਾਨੂੰ ਮਾਰਕੀਟ 'ਚ 500 ਦੀ ਮਿਲੇਗੀ ਹਾਂਜੀ ਮੇਰੇ ਕੋਲ 150 ਜੋ ਅਵੇਲੇਬਲ ਹੋਏਗੀ ਅੱਛਾ ਮਾਰਕੀਟ 'ਚ 500 ਆ ਅਤੇ ਤੁਹਾਡੇ ਕੋਲ ਸਿਰਫ 150 ਇਹ 50% ਤੋਂ ਵੀ ਘੱਟ ਚਲੇ ਗਏ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਹ ਦੋਸਤੋ ਤੁਸੀਂ ਦੇਖ ਸਕਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਅਤੇ ਭਾਅ ਜੀ ਨੂੰ ਵਟਸਐਪ 'ਤੇ ਮੈਸੇਜ ਕਰ ਸਕਦੇ ਹਰ ਚੀਜ਼ ਦਾ ਮੇਰੇ ਕੋਲ ਇੰਜੀਨੀਅਰ ਦੇ ਵਿੱਚ ਨਾਮ ਵੀ ਲਿਖ ਹੋ ਜਾਏਗਾ ਅੱਛਾ ਜੇ ਲੜਕਾ ਲੜਕੀ ਦੇ ਨਾਮ ਲਿਖਣਾ ਨਾ ਉਹ ਵੀ ਲਿਖ ਦਿੰਦੇ ਅੱਛਾ ਉਹ ਵੀ ਲਿਖ ਦੇ ਸਕਦੇ ਠੀਕ ਹੈ ਜੀ ਇੱਥੇ ਜਿਹਦਾ ਡਿਜ਼ਾਇਨ ਬਣਿਆ ਇਹਦੀ ਜਗ੍ਹਾ ਨਾਮ ਆ ਜਾਏਗਾ ਠੀਕ ਹੈ ਜੀ ਅਤੇ ਜੇਕਰ ਨਾਮ ਲਿਖਣਾ ਹੋਵੇ ਭਾਅ ਜੀ ਉਸ ਦੀ ਅਲੱਗ ਤੋਂ ਕੋਸਟਿੰਗ ਪੈਂਦੀ ਹੈ ਜੀ ਹਾਂਜੀ ਉਹ ਅਲੱਗ ਹੁੰਦੀ ਠੀਕ ਹੈ ਕਸਟਮਰ ਜਿੱਦਾਂ ਕਸਟਮਰ ਕਹੋ ਉਹਦਾ ਕਰਾ ਦੇ ਠੀਕ ਹੈ ਜੀ ਹੁਣ ਇਹ ਚੀਜ਼ ਥੋੜ੍ਹੀ ਪੂਰੀ ਵੈਲਵਟ ਦੇ ਵਿੱਚ ਹੈਗਾ ਪੂਰੀ ਵੈਲਵਟ ਦੇ ਵਿੱਚ ਵੀ ਅਸੀਂ ਮਿਲ ਜਾਏਗਾ ਠੀਕ ਹੈ ਕਸਟਮਰ ਕਹਿੰਦਾ ਮੈਨੂੰ ਥੋੜ੍ਹੀ ਹੈਵੀ ਚਾਹੀਦੀ ਆ ਉਹ ਵੀ ਮਿਲ ਜਾਏਗੀ ਇਹ 'ਚ ਵੀ ਕਲਰ ਮਿਲ ਜਾਊਗੇ ਅੱਛਾ ਕਹਿੰਦੇ ਇਹਨਾਂ ਪੱਗ ਨਾਲ ਮੈਚਿੰਗ ਕਰਨੀ ਆ ਪੱਗ ਨਾਲ ਮੈਚਿੰਗ ਪੂਰੀ ਕਰਾ ਕੇ ਦਊਂਗੇ ਅਸੀਂ ਠੀਕ ਹੈ ਜੀ ਜੇ ਇਹ ਕਲਰ ਨਹੀਂ ਹੈਗਾ ਔਰ ਪੱਗ ਦਾ ਕਲਰ ਹੋਰ ਹੈਗਾ ਅਸੀਂ ਉਹ ਵੀ ਬਣਵਾ ਕੇ ਦੇਈਦਾ ਪੂਰਾ ਠੀਕ ਹੈ ਜੀ ਫੁੱਲ ਮੈਚਿੰਗ ਕਰਾ ਕੇ ਦੇ ਠੀਕ ਹੈ ਜੀ ਹਾਂਜੀ ਹਾਂਜੀ ਦੋਸਤੋ ਅੱਜ ਤੁਹਾਨੂੰ ਇੰਨਾ ਕੁਛ ਦਿਖਾ ਦਿੱਤਾ ਹੈ ਕਿ ਕਹਿ ਲਓ ਤੁਹਾਨੂੰ ਹੁਸ਼ਿਆਰਪੁਰ ਦੇ ਬਾਬਾ ਅਲਾਦੀਨ ਕੋ ਅੱਜ ਲੈ ਕੇ ਆਏ ਹਾਂ ਕਿ ਜਿੱਥੇ ਤੁਹਾਨੂੰ ਲਹਿੰਗਾ ਚੂੜਾ ਈਵਨ ਕਿ ਤੁਸੀਂ ਵਿਆਹ ਕਰਵਾਉਣਾ ਚਾਹੁੰਦੇ ਹੋ ਤੁਹਾਨੂੰ ਬਾਹਰ ਜਾਣ ਦੀ ਹੁਸ਼ਿਆਰਪੁਰ ਤੋਂ ਜਾਂ ਇਸ ਸ਼ੋਪ ਤੋਂ ਬਾਹਰ ਜਾਣ ਦੀ ਲੋੜ ਨਹੀਂ ਹਾਂਜੀ ਹਾਂਜੀ ਤੁਹਾਨੂੰ ਪ੍ਰੋਪਰ ਤਿਆਰ ਕਰਕੇ ਦੀਪਕ ਭਾਜੀ ਇੱਥੋਂ ਭੇਜਣਗੇ ਠੀਕ ਹੈ ਜੀ ਦੁਲਾ ਲੜਕਾ ਲੜਕੀ ਆ ਜਾਏ ਅਤੇ ਬਸ ਬਾਕੀ ਅਸੀਂ ਸਮਾਨ ਸਾਰਾ ਦੇ ਕੇ ਭੇਜਾਂਗੇ ਬਾਕੀ ਜ਼ਿੰਮੇਵਾਰੀ ਸਾਡੀ ਹੈ ਸਾਡੀ ਜ਼ਿੰਮੇਵਾਰੀ ਸਾਡੀ ਹੈ ਠੀਕ ਹੈ ਜੀ ਅਤੇ ਇਸ ਤੋਂ ਇਲਾਵਾ ਭਾਜੀ ਹੁਣ ਆਪਾਂ ਮੈਂ ਦੇਖਿਆ ਜੀ ਤੁਹਾਡੇ ਕੋਲ ਗਾਗਰਾਂ ਵੀ ਪਈਆਂ ਹੋਈਆਂ ਨੇ ਹਾਂਜੀ ਹਾਂਜੀ ਆਪਾਂ ਉਹ ਦਿਖਾਈਏ ਹਾਂਜੀ ਹਾਂਜੀ ਠੀਕ ਆ ਜੋ ਜੀ ਹਾਂਜੀ ਦੀਪਕ ਭਾਜੀ ਆਪਣੇ ਕੋਲ ਨਾ ਕਾਫੀ ਮੈਂ ਪਹਿਲੀ ਵਾਰ ਦੇਖ ਰਿਹਾ ਕਾ ਗਾਗਰ ਹਾਂਜੀ ਹਾਂਜੀ ਕਿ ਸਕਰੀਨ ਲੱਗੀ ਹੋਈ ਹੈ ਭਾਜੀ ਹਾਂਜੀ 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 ਇਹ ਤਾਂ ਭਾਜੀ ਕੀ ਚੱਕਰ ਹੈ ਜੀ ਇਹ 'ਚ ਤੁਸੀਂ ਤਾਂ ਆਪਣੀ ਵੀਡੀਓ ਕੋਈ ਵੀ ਪਾ ਸਕਦੇ ਹੋ ਅਸੀਂ ਠੀਕ ਹੈ ਜੀ ਕੋਈ ਪ੍ਰੀ ਸ਼ੂਟ ਹੁੰਦੇ ਆ ਵੈਡਿੰਗ ਸ਼ੂਟ ਜਿਹੜਾ ਪਹਿਲੇ ਪ੍ਰੀ ਵੈਡਿੰਗ ਸ਼ੂਟ ਜਿਹੜਾ ਕਰਦੇ ਆ ਜੀ ਉਹ ਚਲਾ ਸਕਦੇ ਉਹ ਵੀ ਚਲਾ ਸਕਦੇ ਇਹਦੇ ਵਿੱਚ ਠੀਕ ਹੈ ਜੀ ਜਾਗੋ ਤਾਂ ਕਈ ਹੁੰਦੇ ਕੋਈ ਆਪਣੀ ਵੀਡੀਓ ਲਾ ਸਕਦੇ ਆ ਛੋਟੇ ਹੁੰਦੇ ਤੋਂ ਕਈ ਕਹਿੰਦੇ ਛੋਟੇ ਦਿਨ ਸਾਰੀ ਲਗਾਉਣੀਆਂ ਹਾਂਜੀ ਹਾਂਜੀ ਉਹ ਜਾਗੋ 'ਤੇ ਵੀ ਲਗਾ ਸਕਦੇ ਆ ਠੀਕ ਹੈ ਜੀ ਅਤੇ ਕੋਈ ਵੀ ਗਾਣਾ ਵਗੈਰਾ ਕੋਈ ਕਿਸੇ ਤਰ੍ਹਾਂ ਪੰਜਾਬੀ ਹਿੰਦੀ ਢੋਲ ਅੱਛਾ ਸਾਰੇ ਗਾਣੇ 'ਚ ਚੱਲੂਗੇ ਅੱਛਾ ਢੋਲੀ ਤੁਹਾਡੇ ਕੋਲ ਨਾ ਹੋਵੇ ਢੋਲੇ ਦੇ ਵਿੱਚ ਹਾਂ ਸਭ ਕੁਝ ਕੋਈ ਲਿਆ ਢੋਲੀ ਲਿਆਉਂਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਦੇਖ ਰਹੇ ਸਪੀਕਰ ਵੀ ਲੱਗਿਆ ਹੋਇਆ ਸਪੀਕਰ ਵੀ ਆਖੋ ਤੁਹਾਨੂੰ ਵਾਇ ਕਰਕੇ ਦਿਖਾਉਂਦੇ ਹਾਂ ਹਾਂਜੀ 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 ਇਹ ਜਾਗੋ ਨਹੀਂ ਡੀਜੇ ਹੀ ਆ ਡੀਜੇ ਹੀ ਆ ਜੀ ਛੋਟਾ ਜਿਹਾ ਤੁਹਾਡੇ ਕੋਲ ਹਨਾ ਠੀਕ ਹੈ ਜੀ ਅਤੇ ਭਾਅ ਜੀ ਇਹ ਇਸ ਗਾਗਰ ਨੂੰ ਜੇ ਕਿਸੇ ਨੇ ਰੈਂਟ 'ਤੇ ਲਿਜਾਣਾ ਹੋਵੇ ਤੁਹਾਡੇ ਕੋਲੋਂ ਇਹਦਾ ਰੈਂਟ 2100 ਲੱਗੇਗਾ ਜੇ ਤੁਹਾਡੇ ਚੈਨਲ ਥਰੂ ਆਊਗਾ ਤਾਂ ਤੁਹਾਨੂੰ 1500 ਲੱਗ ਜਾਊਗਾ ਅੱਛਾ ਜੀ ਠੀਕ ਹੈ ਜੀ 600 ਡਿਸਕਾਊਂਟ ਤੁਹਾਡੇ ਕਰਕੇ ਠੀਕ ਹੈ ਜੀ ਅਤੇ ਅਗਲੀ ਗਾਗਰ ਭਾਈ ਸਾਡੇ ਕੋਲ ਆ ਗਈ ਹੈ ਜੀ ਹਾਂਜੀ ਅਤੇ ਇਹ 'ਚ ਨਾਮ ਵੀ ਚੱਲਦਾ ਆ ਲੜਕਾ ਲੜਕੀ ਦਾ ਠੀਕ ਹੈ ਜੀ ਹਾਂਜੀ ਤੇ ਗਾਣੇ ਵੀ ਚੱਲਦੇ ਨੇ ਠੀਕ ਹੈ ਜੀ ਤੇ ਇਹ ਭਾਜੀ ਪਰ ਨੇੜੇ ਤੁਸੀਂ ਕਿੰਨਾ ਰੈਂਟ ਇਹਦਾ ਲੈਣੇ ਹੋ ਇਹਦਾ 1100 ਜੀ ਠੀਕ ਹੈ ਜੀ
ਤੇ ਇੱਕ ਲਾਸਟ ਗਾਗਰਾਂ ਦੀ ਜਿਹੜਾ ਆਪਾਂ ਨਾਰਮਲੀ ਵਿਆਹ ਦੇ ਵਿੱਚ ਦੇਖਦੇ ਆ ਹਨਾ ਹਾਂਜੀ ਇਹ ਜਿਹੜੀ ਐਲਈਡੀ ਲਾਈਟਸ ਵਗੈਰਾ ਲੱਗੀ ਆ ਠੀਕ ਹੈ ਜੀ ਇਹ 500 ਰੁਪਏ ਠੀਕ ਹੈ ਜੀ ਤੇ ਇਸੇ ਦੇ ਨਾਲ ਹੀ ਭਾਜੀ ਇਸ ਵੀਡੀਓ ਨੂੰ ਖਤਮ ਕਰਦੇ ਆ ਤੁਹਾਨੂੰ ਮੇਰੇ ਨਾਲ ਗੱਲਬਾਤ ਕਰਕੇ ਕਿਵੇਂ ਦਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਠੀਕ ਹੈ ਜੀ ਤੇ ਹੋਪ ਸੋ ਅਸੀਂ ਦੂਸਰੀ ਵਾਰ ਫੇਰ ਇਸ ਤਰ੍ਹਾਂ ਦੀ ਵੀਡੀਓ ਬਣਾਈਏ ਇੱਕ ਨਵੀਆਂ ਚੀਜ਼ਾਂ ਦੇ ਨਾਲ ਨਵੀਆਂ ਵੈਰਾਈਟੀਜ਼ ਦੇ ਨਾਲ ਤੇ ਇਸੇ ਦੇ ਨਾਲ ਹੀ ਭਾਜੀ ਇਸ ਵੀਡੀਓ ਨੂੰ ਖਤਮ ਕਰਦੇ ਆ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਹਾਂ ਥੈਂਕ ਯੂ ਜੀ ਤੁਸੀਂ ਸਾਡੀ ਵੀਡੀਓ ਦੇਖੀ ਆ ਤੁਸੀਂ ਉਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਵੱਧ-ਵੱਧ ਜੇ ਕਿਸੇ ਨੇ ਆਣਾ ਹੋਵੇ ਸਾਡੇ ਸ਼ੋਪ ਦੇ ਉੱਪਰ ਸਾਡੀ ਸ਼ੋਪ ਦੀ ਟਾਈਮਿੰਗ ਹੈਗੀ ਆ ਸਵੇਰੇ 9:30 ਤੋਂ ਲੈ ਕੇ ਸ਼ਾਮੀ 8:00 ਤੱਕ ਮੇਰਾ ਫੋਨ ਨੰਬਰ ਹੈਗਾ 9872548054 ਤੁਸੀਂ ਕਿਸੇ ਵੇਲੇ ਵੀ ਆ ਸਕਦੇ ਆ ਇਸ ਟਾਈਮ ਦੇ ਵਿੱਚ 9:30 ਤੋਂ ਲੈ ਕੇ 8:00 ਤੱਕ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਕੋਲ ਤੁਸੀਂ ਆ ਕੇ ਇੱਥੇ ਦਰਸ਼ਨ ਦਿੱਤੇ ਆ ਅਤੇ ਅਸੀਂ ਤੁਹਾਨੂੰ ਲਾਈਕ ਕਰਦੇ ਹੋ ਅਤੇ ਮਾਈ ਹੀਰੋ ਇਹਨਾਂ ਚੈਨਲ ਦਾ ਨਾਮ ਆ ਜੀ ਉਹਨਾਂ ਨੂੰ ਸਬਸਕ੍ਰਾਈਬ ਕਰੋ ਔਰ ਇਹਨਾਂ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ